ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇੰਨੀ ਠੰਡ ਦੇ ਵਿੱਚ ਇਸ ਥਾਂ ਤੇ ਪਹੁੰਚਣਾ, ਉਹ ਵੀ ਇੰਨੀ ਵੱਡੀ ਗਿਣਤੀ ਵਿੱਚ, ਵਾਕਈ ਜੰਗਲ ਵਿੱਚ ਮੰਗਲ ਕੀਤਾ ਪਿਆ ਹੈ। ਜਿਸ ਵੱਡੀ ਗਿਣਤੀ ਵਿੱਚ ਅੱਜ ਮਾਵਾਂ ਭੈਣਾਂ ਤੇ ਧੀਆਂ ਪਹੁੰਚੀਆਂ ਨੇ, ਲੱਗਦਾ ਹੈ ਇਹ ਥਾਂ ਪਹਿਲਾਂ ਤੋਂ ਹੀ ਜਾਗਰੂਕ ਹੈ, ਬਹੁਤਾ ਕੁਝ ਕਰਨ ਦੀ ਲੋੜ ਨਹੀਂ। ਹਾਲਾਂਕਿ ਪ੍ਰੋਗਰਾਮ ਦਾ ਮੈਂ ਬਹੁਤ ਥੋੜ੍ਹਾ ਜਿਹਾ ਹਿੱਸਾ ਹੀ ਵੇਖਿਆ, ਪਰ ਉਹਨੇ ਕੁ ਹਿੱਸੇ ਤੋਂ ਮੈਨੂੰ ਇਹ ਤਾਂ ਸਮਝ ਆ ਚੁੱਕੀ ਹੈ ਕਿ ਇੱਥੇ ਮਿਹਨਤ ਸਿਖਰ ਦੀ ਕੀਤੀ ਗਈ ਹੈ। ਬਹੁਤ ਖੂਬਸੂਰਤ ਜਿਸ ਤਰੀਕੇ ਬੱਚੇ ਨਿੱਠ ਕੇ ਨੱਚ ਰਹੇ ਸਨ, ਵਾਕਈ ਉਨੀ ਖੁੱਭ ਕੇ ਸਾਰੇ ਦੇ ਸਾਰੇ ਹੀ ਵੇਖ ਰਹੇ ਸਨ। ਇਸ ਕਰਕੇ ਸਭ ਤੋਂ ਪਹਿਲਾਂ ਮੁਬਾਰਕਬਾਦ ਪ੍ਰਿੰਸੀਪਲ ਸਾਹਿਬ ਨੂੰ, ਸਾਰੇ ਸਮੂਹ ਸਟਾਫ ਨੂੰ ਅਤੇ ਜਿੰਨੇ ਵੀ ਮਾਪੇ ਪਹੁੰਚੇ ਨੇ ਉਹਨਾਂ ਦੀ ਮਿਹਨਤ ਨੂੰ ਸਲਾਮ। ਇੱਕ ਸਵਾਲ ਅੱਜ ਤੁਹਾਡੇ ਤੋਂ ਸ਼ੁਰੂ ਕਰਦੀ ਹਾਂ। ਖੇਤਾਂ ਵਿੱਚ ਕਦੇ ਵੇਖਿਓ ਕਿ ਟਰੈਕਟਰ ਇਕੱਲੇ ਅਗਲੇ ਦੋ ਟਾਇਰਾਂ ਨਾਲ ਚੱਲਦਾ ਹੋਏ ਤਾਂ ਕੀ ਸਫਲ ਤੁਰ ਸਕਦਾ ਹੈ? ਚਲੋ ਟਰੈਕਟਰ ਨਾ ਹੋਵੇ, ਆਪਾਂ ਬਲਦ ਜੋੜ ਲੈਂਦੇ ਹਾਂ, ਅਤੇ ਬਲਦ ਦੀਆਂ ਵੀ ਚਾਰ ਨਾ ਹੋਣ, ਦੋ ਹੀ ਲੱਤਾਂ ਨਾਲ ਤੁਰੇ ਤਾਂ ਕੀ ਲੱਗਦਾ ਹੈ ਕਿ ਸਾਰਾ ਖੇਤ ਸਹੀ ਤਰੀਕੇ ਵਾਹਿਆ ਜਾਏਗਾ? ਜੇ ਨਹੀਂ ਤਾਂ ਫਿਰ ਸਮਾਜ ਦਾ ਅੱਧਾ ਹਿੱਸਾ, ਅੱਧਾ ਅੰਗ, ਜਿਸਨੇ ਅਗਾਂਹ ਤੋਰਨਾ ਸੀ, ਜਿਸਨੇ ਸੇਧ ਦੇਣੀ ਸੀ, ਜਿਹਨੇ ਕੁੱਖੋਂ ਜੰਮਣੇ ਨੇ ਅੱਗੋਂ ਸ਼ੇਰ, ਉਹਨਾਂ ਨੂੰ ਕਿਉਂ ਅਸੀਂ ਖਤਮ ਕਰ ਦਿੱਤਾ ਹੈ? ਅਤੇ ਫਿਰ ਪਾਲਦੇ ਕੀ ਹਾਂ ਕਿ ਸਮਾਜ ਦੇ ਵਿੱਚੋਂ ਕੋਈ ਬਰਾਬਰੀ ਵਰਗੀ ਚੀਜ਼ ਨਿਤਰੇਗੀ, ਜਾਂ ਲੱਗਦਾ ਹੈ ਕੋਈ ਸੁਧਾਰ ਬੜੀ ਵੱਡੀ ਪੱਧਰ 'ਤੇ ਖੜਾ ਹੋਏਗਾ? ਕਿਵੇਂ ਜੇ ਟਰੈਕਟਰ ਨਹੀਂ ਚੱਲ ਸਕਦਾ, ਬਲਦ ਨਹੀਂ ਤੁਰ ਸਕਦਾ, ਘਰ ਕਿਵੇਂ ਤੁਰੇਗਾ ਅੱਧੇ ਹਿੱਸੇ ਦੇ ਨਾਲ, ਅਤੇ ਸਮਾਜ ਲੰਗੜਾ ਹੋਏਗਾ ਤਾਂ ਯਕੀਨਨ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਬੁਰਾਈਆਂ ਜ਼ਰੂਰ ਆਉਣੀਆਂ ਨੇ। ਸਵਾਲ ਤਾਂ ਇਹ ਹੈ ਕਿ ਉਹ ਅੱਧਾ ਹਿੱਸਾ ਤੋੜਿਆ ਕਿਸਨੇ ਹੈ? ਕਿ ਮਰਦ ਪ੍ਰਧਾਨ ਸਮਾਜ ਨੇ ਉਹਨਾਂ ਨੂੰ ਨੀਵਾਂ ਬਿਠਾਇਆ ਹੈ, ਜਾਂ ਆਪ ਹੀ ਆਪਣੇ ਆਪ ਨੂੰ ਹਾਰ ਕੇ ਮੰਨ ਕੇ ਅੰਦਰ ਬਹਿ ਗਈਆਂ ਨੇ? ਆਖਰ ਕਿਉਂ ਉਹ ਅੱਧਾ ਹਿੱਸਾ ਸਾਡਾ ਵੱਢਿਆ ਗਿਆ ਹੈ? ਇਹ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ, ਪੰਜਾਬ ਕੁਝ ਵੱਖ ਕਿਸਮ ਦਾ ਸੀ। ਪਰ ਉਹਦੇ ਵਿੱਚੋਂ ਇੱਕ ਕਰੋਲੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਸ਼ਾਇਦ ਕਈਆਂ ਨੇ ਇਹ ਨਾਂ ਪਹਿਲੀ ਵਾਰ ਸੁਣਿਆ ਹੋਇਆ, ਜਦੋਂ ਇਹਦਾ ਜ਼ਿਕਰ ਕਰਾਂਗੇ ਤਾਂ ਸ਼ਾਇਦ ਤੁਹਾਨੂੰ ਸਮਝ ਆਏਗੀ ਕਿ ਪੰਜਾਬ ਵਿੱਚ ਇੱਕ ਨਹੀਂ, ਅਨੇਕ ਕਰੋਲੀ ਘਰ ਘਰ ਦੇ ਵਿੱਚ ਸਨ। ਇੱਕ ਕਰੋਲੀ ਸੀ ਹੰਗਰੀ ਦਾ ਇੱਕ ਨੌਜਵਾਨ ਮੁੰਡਾ, ਜਿਸਦਾ ਸ਼ੂਟਿੰਗ ਚੈਂਪੀਅਨਸ਼ਿਪ 'ਚ ਬੜਾ ਤਗੜਾ ਨਿਸ਼ਾਨਾ ਸੀ। ਉਹਦਾ ਨਾਮ ਸੀ ਇਸ ਖੇਡ ਦੇ ਵਿੱਚ ਕਿ ਜੇ ਕਿਸੇ ਨੇ ਨਿਸ਼ਾਨੇਬਾਜ਼ ਵੇਖਣਾ ਹੋਏ ਦੁਨੀਆ ਭਰ 'ਚ ਸਭ ਤੋਂ ਪਹਿਲੇ ਨੰਬਰ ਦਾ, ਤਾਂ ਸਿਰਫ ਕਰੋਲੀ ਉਸੇ ਨੂੰ ਮੰਨਿਆ ਜਾਂਦਾ ਸੀ। ਉਹਦਾ ਨਿਸ਼ਾਨਾ ਵੇਖਦੇ ਹੋਏ ਹੰਗਰੀ ਵਿੱਚ ਇੱਕ ਤੂਫਾਨ ਖੜਾ ਹੋ ਗਿਆ ਸੀ। ਇਹ ਸਮਾਂ ਜੇ ਉਹ ਜੰਮਿਆ ਸੀ 21 ਜਨਵਰੀ 1910 ਦੇ ਵਿੱਚ। ਖਿਆਲ ਕਰਿਓ, ਇਹਦੀ ਜ਼ਿੰਦਗੀ ਦੇ ਕੁਝ ਅੰਸ਼ ਸਾਨੂੰ ਆਪਣੇ ਪਿਛੋਕੜ ਦੇ ਵਿੱਚ ਝਾਤ ਮਰਵਾਉਣਗੇ ਕਿ ਕਿਸ ਤਰੀਕੇ ਨਾਲ ਪੰਜਾਬੀਆਂ ਨੇ ਆਪਣਾ ਯੋਧੇ ਤਿਆਰ ਕੀਤੇ ਸਨ, ਅਤੇ ਕੀ ਉਹਨਾਂ ਦੇ ਅੰਦਰ ਤਬਦੀਲੀ ਉਹਨਾਂ ਸਮਿਆਂ ਵਿੱਚ ਆਈ ਸੀ, ਅਤੇ ਕਿਸ ਤਰੀਕੇ ਦੀ ਅਣਖ ਦੇ ਨਾਲ ਉਹ ਉਦੋਂ ਅਤੇ ਹੁਣ ਤੱਕ ਵੀ ਤੁਰਦੇ ਰਹਿ ਸਕੇ ਸਨ। ਸਮਾਂ ਵੇਖ ਲਓ 1910 ਦਾ, ਜਿਸ ਤਰੀਕੇ ਨਾਲ ਉਹਨੇ ਤਿਆਰੀ ਕੀਤੀ ਸੀ 1936 ਦੇ ਓਲੰਪਿਕਸ ਦੇ ਵਿੱਚ, ਸਾਰੀ ਦੁਨੀਆ ਵਿੱਚ ਉਹਦਾ ਡੰਕਾ ਸੀ ਕਿ ਇਹ ਜੇ ਇੱਕ ਵਾਰ ਓਲੰਪਿਕਸ ਵਿੱਚ ਨਿਸ਼ਾਨਾ ਸਾਧ ਗਿਆ ਤਾਂ ਦੁਨੀਆ ਭਰ ਵਿੱਚ ਪਹਿਲੇ ਨੰਬਰ ਦਾ ਖਿਡਾਰੀ ਬਣ ਕੇ ਉਭਰੇਗਾ। ਪਰ ਕਮਾਲ ਵੇਖੋ ਕਿ ਉਦੋਂ 1936 ਵਿੱਚ ਉਹ ਫੌਜ ਵਿੱਚ ਕੰਮ ਕਰਦਾ ਸੀ, ਅਤੇ ਇਹ ਐਲਾਨ ਕਰ ਦਿੱਤਾ ਗਿਆ ਕਿ ਫੌਜ ਦੇ ਜਿਹੜੇ ਸਰਜੰਟ ਨੇ ਉਹਨਾਂ ਨੂੰ ਇਸ ਥਾਂ 'ਤੇ ਓਲੰਪਿਕਸ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਏਗਾ। ਯਾਨੀ ਉਹ ਖਿਡਾਰੀ ਜੋ ਚੋਟੀ ਦਾ ਸੀ, ਦੁਨੀਆ ਉਹਦਾ ਡੰਕਾ ਮੰਨਦੀ ਸੀ ਕਿ ਇਹਨੇ ਆਉਣਾ ਹੀ ਪਹਿਲੇ ਨੰਬਰ 'ਤੇ ਹੈ, ਸਿਰਫ ਇਸ ਕਰਕੇ ਰਹਿ ਗਿਆ ਕਿ ਉਦੋਂ ਫੌਜ ਦੇ ਵਿੱਚ ਹੇਠਲੇ ਪੱਧਰ ਦੇ ਇਸ ਬੰਦੇ ਨੂੰ, ਸਰਜੰਟ ਨੂੰ, ਉਸ ਥਾਂ 'ਤੇ ਜਾਣਾ ਅਲਾਊਡ ਨਹੀਂ ਸੀ, ਇਸ ਕਰਕੇ ਉਹ ਜਾ ਨਹੀਂ ਸਕਿਆ। ਦਿਲ ਟੁੱਟਣ ਦੀ ਗੱਲ ਹੈ ਨਾ,
ਜਿਹਦੇ ਬਾਰੇ ਪਤਾ ਹੋਵੇ ਕਿ ਉਹਨੇ ਜਿੱਤਣਾ ਹੈ, ਸਿਰਫ ਇੰਨੀ ਕੁ ਗੱਲ ਤੇ ਉਹਦਾ ਉਸ ਥਾਂ ਤੇ ਪਹੁੰਚਣਾ ਰਹਿ ਜਾਣਾ। ਦਿਲ ਬਥੇਰਿਆਂ ਦਾ ਟੁੱਟਦਾ ਹੋਏਗਾ ਪਰ ਕਰੋਲੀ ਦਾ ਨਹੀਂ ਸੀ ਟੁੱਟਿਆ। ਉਹ ਲਗਾਤਾਰ ਮਿਹਨਤ ਕਰਦਾ ਰਿਹਾ ਤੇ ਉਹਦਾ ਨਤੀਜਾ ਇਹ ਹੋਇਆ ਕਿ ਉਸਨੇ ਭਾਵੇਂ ਓਲੰਪਿਕਸ ਵਿੱਚ ਭਾਗ ਨਹੀਂ ਲਿਆ ਪਰ ਅਗਲੇ ਓਲੰਪਿਕਸ ਦੇ ਵਿੱਚ ਵਿੱਚ ਉਹ ਇੱਕੋ ਖਿਡਾਰੀ ਜੇ ਦੁਨੀਆ ਭਰ ਦਾ ਜਿਸਨੇ 35 ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪਸ ਜਿੱਤੀਆਂ ਸੀ। ਯਾਨੀ ਥੱਕ ਹਾਰ ਕੇ ਬੈਠਿਆ ਨਹੀਂ ਸੀ ਕਿ ਮੇਰੇ ਅੱਗੇ ਦਾ ਸਮਾਂ ਔਖਾ ਹੈ, ਮੈਂ ਕੋਈ ਇਨਾਮ ਨਹੀਂ ਜਿੱਤ ਸਕਿਆ ਵਿਸ਼ਵ ਪੱਧਰੀ ਤੇ ਮੈਂ ਥੱਕ ਹਾਰ ਕੇ ਬਹਿ ਜਾਵਾਂ, ਇਹੋ ਜਿਹਾ ਉਹਨੇ ਸੋਚਿਆ ਨਹੀਂ ਸੀ। ਖਿਆਲ ਕਰਿਓ ਓਲੰਪਿਕਸ ਦੇ ਵਿਚਲੇ ਕੁੱਲ 4 ਸਾਲ ਤੇ 35 ਇਸ ਤਰ੍ਹਾਂ ਦੀਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪਸ ਜਿੱਤਣੀਆਂ ਤੇ ਫਿਰ ਨਾਮ ਉਹਦਾ ਪੂਰੇ ਵਿਸ਼ਵ ਵਿੱਚ ਸੀ ਕਿ ਅਖੀਰ ਇਹਨੇ ਅਗਲੀ ਓਲੰਪਿਕਸ ਵਿੱਚ ਜ਼ਰੂਰ ਕੁਝ ਕਮਾਲ ਕਰ ਦੇਣਾ। ਜੀ ਅਗਲੀ ਓਲੰਪਿਕ ਸੀ 1940 ਵਿੱਚ। 1938 ਦੇ ਵਿੱਚ ਆਰਮੀ ਦੇ ਇੱਕ ਕੈਂਪ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਏ ਗਏ ਜਿੱਥੇ ਸਾਰਿਆਂ ਨੇ ਹੱਥ ਗੋਲੇ ਸੁੱਟਣੇ ਸੀ। ਹੱਥ ਗੋਲੇ ਸੁੱਟਦੇ ਹੋਏ ਜਿਵੇਂ ਕਰੋਲੀ ਨੇ ਸੱਜੇ ਹੱਥ ਨਾਲ ਨਿਸ਼ਾਨਾ ਸਾਧਿਆ ਤੇ ਸੁੱਟਣਾ ਚਾਹਿਆ, ਉਹਦੇ ਹੱਥ ਵਿੱਚ ਹੀ ਉਹ ਹੱਥ ਗੋਲਾ ਫਟ ਗਿਆ। ਸੱਜੀ ਬਾਂਹ ਪੂਰੀ ਨਕਾਰਾ ਹੋ ਗਈ ਸੀ। ਸ਼ੂਟਿੰਗ ਚੈਂਪੀਅਨਸ਼ਿਪ ਦਾ ਉਹ ਬਾਦਸ਼ਾਹ ਜਿਸਨੇ ਸੱਜੇ ਹੱਥ ਨਾਲ ਕਮਾਲ ਕਰ ਰਿਹਾ ਸੀ, ਜੋ ਉਸਨੇ ਕਮਾਲ ਕਰਨਾ ਵੀ ਸੀ, ਉਹਦਾ ਹੱਥ 1938 ਦੇ ਵਿੱਚ ਫਨਾ ਹੋ ਗਿਆ ਬਾਂਹ ਸਮੇਤ। ਜ਼ਰਾ ਸੋਚ ਕੇ ਵੇਖਿਓ ਸਾਡੇ ਉੱਤੇ ਵੀ ਇਹੋ ਜਿਹੇ ਔਖੇ ਸਮੇਂ ਆਉਂਦੇ ਨੇ। ਜਿਸਨੇ ਪੂਰੇ ਉਸ ਸਮੇਂ ਦੇ ਵਿੱਚ ਜ਼ੋਰ ਲਾ ਦਿੱਤਾ ਸੀ ਛੋਟੇ ਹੋਣ ਤੋਂ ਕਿ ਮੈਂ ਵਿਸ਼ਵ ਪੱਧਰੀ ਇਨਾਮ ਜਿੱਤਣਾ ਹੈ ਓਲੰਪਿਕਸ ਵਿੱਚ, ਟੀਚਾ ਇੱਕੋ ਮਿੱਥਿਆ ਗਿਆ ਸੀ, ਮੈਂ ਉਹੀ ਲੈਣਾ ਹੈ, ਪਰ ਉਹਦਾ ਸੱਜਾ ਹੱਥ ਉੱਡ ਗਿਆ ਹੋਏ। ਯਕੀਨਨ ਇੱਕ ਵਾਰ ਫਿਰ ਕੋਈ ਵੀ ਧਾਰਾਸ਼ਾਹੀ ਹੋ ਸਕਦਾ ਹੈ, ਤੁਸੀਂ ਜਾਂ ਮੈਂ ਸ਼ਾਇਦ ਉਸ ਸਮੇਂ ਆਪਣੀ ਜ਼ਿੰਦਗੀ ਖਤਮ ਕਰਨ ਵਾਲੇ ਪਾਸੇ ਵੀ ਤੁਰ ਪਈ ਹੈ। ਪਤਾ ਜੇ ਕਰੋਲੀ ਨੇ ਕੀ ਕੀਤਾ? ਇੱਕ ਮਹੀਨਾ ਬੇਹੋਸ਼ ਸੀ, ਆਪਰੇਸ਼ਨ ਤੇ ਆਪਰੇਸ਼ਨ ਹੋ ਰਹੇ ਸਨ ਤੇ 35ਵੇਂ ਦਿਨ ਜਦੋਂ ਉਹਨੂੰ ਪੂਰੀ ਹੋਸ਼ ਆਈ ਤਾਂ ਖੜਾ ਸੀ। ਡਾਕਟਰ ਨੇ ਪੁੱਛਿਆ ਟਹਿੰਦੀ ਕਲਾ ਦੇ ਵਿੱਚ ਹੋਏਗਾ, ਕੋਈ ਦਵਾਈ ਸ਼ੁਰੂ ਕਰਨ ਦੀ ਲੋੜ ਹੋਏਗੀ, ਤੇ ਆ ਕੇ ਜਦੋਂ ਕਮਰੇ ਵਿੱਚ ਉਹਨੂੰ ਚੈੱਕ ਕਰਨ ਵੜਿਆ ਤਾਂ ਖੱਬੇ ਹੱਥ ਨਾਲ ਪੂਰੀ ਜ਼ੋਰ ਸ਼ੋਰ ਨਾਲ ਕਸਰਤ ਕਰ ਰਿਹਾ ਸੀ। ਡਾਕਟਰ ਨੇ ਪੁੱਛਿਆ ਕਿ ਇਹ ਕੀ ਕਰ ਰਿਹਾ ਹੈ? ਕਹਿੰਦਾ ਮੈਂ ਖੱਬੇ ਹੱਥ ਨੂੰ ਤਿਆਰ ਕਰ ਰਿਹਾ, ਜੋ ਕੰਮ ਸੱਜੇ ਨੇ ਕਰਨਾ ਸੀ ਕਰੇਗਾ ਜ਼ਰੂਰ, ਖੱਬਾ ਹੀ ਕਰੇਗਾ ਪਰ ਕਰੇਗਾ ਜ਼ਰੂਰ। ਇਹ ਹੁੰਦੀ ਜੇ ਹਿੰਮਤ। ਤੇ ਸੋਚੋ ਤਿਆਰੀ ਕਿਸ ਲਈ ਕਰ ਰਿਹਾ ਸੀ? 1940 ਦੇ ਓਲੰਪਿਕਸ ਦੀ, ਕਿਉਂਕਿ 1938 ਵਿੱਚ ਇਹ ਅਨਾਊਂਸ ਕਰ ਦਿੱਤਾ ਗਿਆ ਕਿ ਸਾਰਜੈਂਟ ਵੀ ਭਾਵੇਂ ਹੋਵੇ ਉਹ ਵੀ ਹੁਣ ਇਹਦੇ ਵਿੱਚ ਪਾਰਟੀਸਿਪੇਟ ਕਰ ਸਕਦਾ ਹੈ। ਤੇ ਇਹਦਾ ਮਤਲਬ ਸੀ, ਉਸਨੇ ਕਿਹਾ ਹੁਣ ਮੇਰੇ ਸਾਹਮਣੇ ਜਿੱਤ ਯਕੀਨੀ ਹੈ। ਸੱਜਾ ਹੱਥ ਨਾ ਹੋਣ ਦੇ ਬਾਵਜੂਦ 18 ਘੰਟੇ ਰੋਜ਼ ਖੱਬੇ ਹੱਥ ਦੇ ਨਾਲ ਉਹਨੇ ਸ਼ੂਟਿੰਗ ਦੁਬਾਰਾ ਸ਼ੁਰੂ ਕੀਤੀ। ਜਿਸ ਤਰੀਕੇ ਦਿਨ ਰਾਤ ਮਿਹਨਤ ਉਸਨੇ ਕੀਤੀ, ਨਤੀਜਾ ਇਹ ਸੀ ਕਿ ਉਹਨੇ ਸਿਰਫ 38 ਚ, ਹਾਲਾਂਕਿ ਉਹਦਾ ਉੱਡ ਗਿਆ ਹੋਇਆ ਹੱਥ ਦਾ ਵੀ, ਉੱਡੇ ਹੋਏ ਹੱਥ ਦੇ ਬਾਵਜੂਦ ਇਕੱਲੇ ਇੱਕੋ ਸਾਲ 39 ਦੇ ਵਿੱਚ 13 ਨੈਸ਼ਨਲ ਚੈਂਪੀਅਨਸ਼ਿਪਸ ਫਿਰ ਉਹ ਜਿੱਤ ਗਿਆ ਖੱਬੇ ਹੱਥ ਦੇ ਨਾਲ। 1940 ਦੇ ਵਿੱਚ ਯਕੀਨਨ ਇੱਕ ਵਾਰ ਫਿਰ ਉਮੀਦ ਬੱਝੀ ਸੀ ਕਿ ਇਹ ਹੁਣ ਓਲੰਪਿਕਸ ਵਿੱਚ ਸ਼ੂਟਿੰਗ ਦਾ ਬਾਦਸ਼ਾਹ ਬਣੇਗਾ। ਓਲੰਪਿਕਸ ਜਦੋਂ ਸ਼ੁਰੂ ਹੋਣੇ ਸਨ 40, ਉਦੋਂ ਵਰਲਡ ਵਾਰ ਦੇ ਕਾਰਨ ਉਹ ਓਲੰਪਿਕਸ ਕੈਂਸਲ ਹੋ ਗਏ। ਸੋਚ ਕੇ ਵੇਖਿਓ ਉਹ ਆਦਮੀ ਜਿਸ ਦੀ ਜ਼ਿੰਦਗੀ ਦਾ ਇੱਕੋ ਟੀਚਾ ਸੀ ਕਿ ਮੈਂ ਓਲੰਪਿਕਸ ਵਿੱਚ ਜਿੱਤਣਾ, ਕਿਸ ਤਰੀਕੇ ਦੀਆਂ ਔਖਿਆਈਆਂ 'ਚੋਂ ਲੰਘਿਆ ਪਰ ਟੁੱਟਿਆ ਨਹੀਂ, ਹਿੱਲਿਆ ਨਹੀਂ, ਡਿੱਗਿਆ ਨਹੀਂ, ਡਟਿਆ ਰਿਹਾ ਇੱਕ ਅਗਲੀ ਹੋਰ ਉਮੀਦ ਦੇ ਵਿੱਚ ਕਿ 40 ਨਾ ਸਹੀ 44 ਦੇ ਓਲੰਪਿਕਸ ਵਿੱਚ ਤਾਂ ਜ਼ਰੂਰ ਜਾਵਾਂਗੇ। ਉਦੋਂ ਤੱਕ ਲਈ ਵੀ ਉਹ ਫਿਰ ਟਿਕਿਆ ਨਹੀਂ ਸੀ। 1939 ਦੇ ਵਿੱਚ ਨੈਸ਼ਨਲ ਹੰਗਰੀ ਚੈਂਪੀਅਨਸ਼ਿਪ ਉਸੇ ਕਰੋਲੀ ਨੇ ਜਿੱਤੀ ਸੀ।
1940 ਦੇ ਵੀ ਵਰਲਡ ਸ਼ੂਟਿੰਗ ਚੈਂਪੀਅਨਸ਼ਿਪਸ ਵਿੱਚ ਫਿਰ ਉਹ ਪਹਿਲੇ ਨੰਬਰ ਤੇ ਆਇਆ ਪਰ ਜਦੋਂ ਪੂਰੀ ਤਰ੍ਹਾਂ ਤਿਆਰ ਸੀ ਤੇ ਦੁਨੀਆ ਉਦੋਂ ਵੀ ਉਡੀਕ ਰਹੀ ਸੀ 44 ਦੇ ਵਿੱਚ ਇਹਨੇ ਹੁਣ ਹਰ ਹਾਲ ਵਿੱਚ 올림픽ਸ ਦੇ ਵਿੱਚ ਕਮਾਲ ਕਰ ਵਿਖਾਉਣੀ ਹੈ ਉਸ 44 ਵਾਰੀ 올림픽ਸ ਵਿੱਚ ਵੀ ਵਿਸ਼ਵ ਜੰਗ ਦੇ ਕਾਰਨ ਫਿਰ ਪੋਸਟਪੋਨ ਹੋ ਗਈ ਯਾਨੀ ਉਹ ਬੰਦਾ ਜਿਸ ਦੀ ਜ਼ਿੰਦਗੀ ਸਿਰਫ ਇੱਕੋ ਟੇਕ ਤੇ ਸੀ ਕਿ ਮੈਂ ਨੈਸ਼ਨਲ ਪੱਧਰ ਤੋਂ ਖੜਾ ਹੋ ਕੇ ਇੰਟਰਨੈਸ਼ਨਲ ਪੱਧਰ ਤੇ ਪਹੁੰਚਣਾ ਜੇ ਸਿਰਫ ਇੱਕ ਸ਼ੂਟਿੰਗ ਦੇ ਚੱਕਰ ਵਿੱਚ ਸੱਜੇ ਹੱਥ ਗਵਾਉਣ ਤੋਂ ਬਾਅਦ ਵੀ ਡਟਿਆ ਸੀ ਉਹਦੇ ਅੱਗੇ ਹਰ ਮੌਕੇ ਹਾਰ ਸੀ ਹਰ ਮੌਕੇ ਹਰ ਜੋ ਉਹ ਉਮੀਦ ਕਰ ਰਿਹਾ ਸੀ ਮੈਂ ਪਹੁੰਚਣਾ ਉਸ ਤੋਂ ਖੋਇਆ ਜਾ ਰਿਹਾ ਸੀ ਪਰ ਉਹ ਫਿਰ ਵੀ ਕਿਸੇ ਵੀ ਥਾਂ ਤੇ ਘਬਰਾ ਕੇ ਰੁਕਿਆ ਨਹੀਂ ਸੀ ਕਮਾਲ ਹੈ ਵੇਖੋ ਕਿ ਸਮਾਂ ਆ ਗਿਆ 1948 ਦਾ ਉਮਰ ਸੀ 38 ਸਾਲ ਕਰੋਲੀ ਦੀ ਜਦੋਂ ਕਿ ਉਹਦੇ ਮੁਕਾਬਲੇ ਵਿੱਚ 22 ਵਰਿਆਂ ਦੇ ਨੌਜਵਾਨ ਤੇ ਪੂਰੇ ਵਿਸ਼ਵ ਵਿੱਚੋਂ 21 ਅਜਿਹੇ ਚੋਟੀ ਦੇ ਉਸ ਸਮੇਂ ਨਿਸ਼ਾਨੇਬਾਜ਼ ਸਨ ਜਿਨ੍ਹਾਂ ਦੇ ਡੰਕੇ ਵੱਜ ਚੁੱਕੇ ਸਨ ਆਪੋ ਆਪਣੀਆਂ ਥਾਵਾਂ ਤੇ ਜਿਨ੍ਹਾਂ ਬਾਰੇ ਯਕੀਨ ਸੀ ਕਿ ਇਹ ਕਰੋਲੀ ਤੋਂ ਕਿਤੇ ਅਗਾਂਹ ਲੰਘ ਚੁੱਕੇ ਨੇ ਉਹ ਸਾਰੇ ਦੇ ਸਾਰੇ ਉਸ ਸਮੇਂ ਉੱਥੇ ਹਾਜ਼ਰ ਸਨ ਕਰੋਲੀ ਵੀ ਸੀ ਜਿਸ ਤਰੀਕੇ ਦਾ ਉਹਦਾ ਮਜ਼ਾਕ ਉਡਾਇਆ ਗਿਆ ਇਤਿਹਾਸ ਵਿੱਚ ਦਰਜ ਹੈ ਕਿ ਹਰ ਖਿਡਾਰੀ ਨੇ ਉਹਦਾ ਮਜ਼ਾਕ ਉਡਾਇਆ ਤੇ ਇਸ ਬੁੱਢੇਪਣ ਦੇ ਵਿੱਚ ਬੁਢੇਪੇ ਦੇ ਵਿੱਚ ਯਾਨੀ 38 ਵਰਿਆਂ ਦਾ ਹੋ ਕੇ ਉਹ ਜੇ ਪਹੁੰਚਿਆ ਹੈ ਤਾਂ 22 ਵਰਿਆਂ ਦਾ ਨੌਜਵਾਨ ਜਾਂ 21 ਵਰਿਆਂ ਦੇ ਨੌਜਵਾਨ ਜਿੰਨੇ ਤਿਆਰ ਖੜੇ ਸਨ ਉਹ ਆਪਣੇ ਸੱਜੇ ਹੱਥ ਹਿਲਾ ਕੇ ਉਸਦਾ ਜਿੰਨਾ ਕੁ ਯਕੀਨ ਸੀ ਡੇਗਣਾ ਚਾਹ ਰਹੇ ਸਨ ਕਿ ਅਸੀਂ ਸੱਜੇ ਹੱਥ ਨਾਲ ਨੌਜਵਾਨ ਆ ਕਮਾਲ ਕਰ ਜਾਵਾਂਗੇ ਤੇ ਤੂੰ ਜਿਸ ਉਮਰ ਦੇ ਪੜਾਅ ਤੇ ਹੈ ਖੱਬੇ ਹੱਥ ਦੇ ਨਾਲ ਕਰ ਕੀ ਸਕਦਾ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹ ਹਕੀਕਤ ਜੇ ਇਹ ਇਤਿਹਾਸ ਲਿਖਿਆ ਗਿਆ ਜੇ ਹੰਗਰੀ ਦੇ ਵਿੱਚ ਕਦੇ ਜਾਓਗੇ ਪੜ੍ਹਿਓ ਜ਼ਰੂਰ ਜਾਂ ਇੰਟਰਨੈਟ ਅੱਜ ਕੱਲ੍ਹ ਹਰ ਇੱਕ ਦੇ ਕੋਲ ਨੇ ਖੋਲਿਓ ਇਹਦਾ ਨਾਮ ਪੜ੍ਹਿਓ ਵੇਖਿਓ ਕਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਗਈ ਸੀ ਉਸ ਸਮੇਂ ਕਾਰਲੋਸ ਸੀ ਇੱਕ ਦੁਨੀਆ ਦੇ ਵਿੱਚ ਜੋ ਚੋਟੀ ਤੇ ਵਿੱਚ ਪਹੁੰਚ ਚੁੱਕਿਆ ਸੀ ਪੂਰੇ 2.25 ਘੰਟੇ ਉਸਨੇ ਸ਼ੂਟਿੰਗ ਚੈਂਪੀਅਨਸ਼ਿਪ ਤੋਂ ਪਹਿਲਾਂ ਇਸ ਦਾ ਮਜ਼ਾਕ ਉਡਾਇਆ ਇਸ ਕਦਰ ਖਿੱਲੀ ਉਡਾਈ ਤੇ ਕਾਰਲੋਸ ਇੱਕ ਇਸ ਦੇ ਇੰਨੇ ਸਾਰੇ ਦੇ ਬਾਵਜੂਦ ਕਾਰਲੋਸ ਦੇ ਵੱਲੋਂ ਕਹਿਣ ਦੇ ਬਾਵਜੂਦ ਕਰੋਲੀ ਵੱਲੋਂ ਇੱਕ ਸ਼ਬਦ ਵੀ ਉਚਾਰਿਆ ਨਹੀਂ ਗਿਆ ਇੱਕ ਸ਼ਬਦ ਵੀ ਇਹ ਹਿਸਟਰੀ ਦੇ ਵਿੱਚ ਲਿਖਿਆ ਜੇ ਇਤਿਹਾਸ ਵਿੱਚ ਕਿ ਇੰਨਾ ਭੈੜਾ ਉਹਨੂੰ ਬੋਲੇ ਜਾਣ ਦੇ ਬਾਵਜੂਦ ਮਜ਼ਾਕ ਉਡਾਏ ਜਾਣ ਦੇ ਬਾਵਜੂਦ ਬਿਲਕੁਲ ਕਰੋਲੀ ਬੋਲੇ ਬਗੈਰ ਜਦੋਂ ਖੜਾ ਹੋਇਆ ਆਪਣੀ ਵਾਰੀ ਤੇ ਖੱਬੇ ਹੱਥ ਦੇ ਨਾਲ ਹਰ ਨਿਸ਼ਾਨਾ ਜਿਹੜਾ ਉਹਨੇ ਸਾਧਿਆ ਸਿਰਫ ਇੱਕੋ ਥਾਂ ਤੇ ਟੇਕ ਰੱਖ ਕੇ ਕਿ ਉਸਨੇ ਵੇਖਿਆ ਇੱਕੋ ਇੱਕ ਦੁਨੀਆ ਨੇ ਉਦੋਂ ਵੇਖਿਆ ਖਿਡਾਰੀ ਸੀ ਜਿਹਦਾ ਇੱਕ ਵੀ ਨਿਸ਼ਾਨਾ 1 ਮਿਲੀਮੀਟਰ ਤੱਕ ਸੱਜੇ ਤੋਂ ਖੱਬੇ ਨਹੀਂ ਹੋਇਆ ਮੁਕਾਬਲੇ ਦੇ ਸਾਰੇ 21 ਦੇ 21 ਪਿਛਾਂ ਰਹਿ ਗਏ ਇਕੱਲਾ ਕਰੋਲੀ ਸੀ ਜਿਹਨੇ ਹਰ ਨਿਸ਼ਾਨਾ ਖੱਬੇ ਹੱਥ ਨਾਲ 38 ਵਰਿਆਂ ਦੀ ਉਮਰ ਤੇ ਵੀ ਉਸੇ ਥਾਂ ਲਾਇਆ ਤੇ ਉਦੋਂ ਦੁਨੀਆ ਮੰਨੀ ਕਿ ਇਹ ਹੁੰਦਾ ਜੇ ਨਿਸ਼ਾਨਾ ਇਹ ਹੁੰਦਾ ਜੇ ਕਿਸੇ ਦਾ ਵੀ ਇੱਕ ਸਾਧਨਾ ਦਾ ਅਖੀਰ ਅੰਜਾਮ ਕਿ ਕਿਸ ਤਰੀਕੇ ਉਹਨੇ 올림픽ਸ ਵੀ ਜਿੱਤੀ ਦੁਨੀਆ ਦੇ ਵਿੱਚ ਬਾਦਸ਼ਾਹ ਵਜੋਂ ਮੰਨਿਆ ਵੀ ਗਿਆ ਨਿਸ਼ਾਨੇ ਵਜੋਂ 1952 ਵਿੱਚ ਦੁਬਾਰਾ ਫਿਰ ਉਹਨੇ ਜਦੋਂ ਉੱਥੇ ਗਿਆ ਫਿਰ ਦੁਬਾਰਾ ਉਹੀ ਚੈਂਪੀਅਨ ਬਣਿਆ ਵਿਸ਼ਵ ਪੱਧਰ ਤੇ 58 ਦੇ ਵਿੱਚ ਫਿਰ ਉਹੀ ਬਣਿਆ ਕਮਾਲ ਵੇਖੋ ਉਸ ਤੋਂ ਬਾਅਦ ਵੀ ਕੋਚ ਬਣ ਕੇ ਉਹ ਹਟਿਆ ਨਹੀਂ ਤੇ ਅਖੀਰ ਲੈਫਟੀਨੈਂਟ ਕਰਨਲ ਵੀ ਬਣਿਆ ਫੌਜ ਦੇ ਵਿੱਚ ਤੇ ਅਖੀਰੀ ਉਮਰ ਤੱਕ ਉਸ ਦਾ ਨਿਸ਼ਾਨਾ ਕੋਈ ਕਾਟ ਨਹੀਂ ਕਰ ਸਕਿਆ ਅੱਜ ਤੱਕ ਦੁਨੀਆ ਦੇ ਵਿੱਚ ਜਿਸ ਕਿਸਮ ਦਾ ਨਿਸ਼ਾਨਾ ਉਹਦੇ ਖੱਬੇ ਹੱਥ ਦਾ ਸੀ ਕੋਈ ਦਿੱਗਜ ਕੋਈ ਜਾਂਬਾਜ਼ ਸੱਜੇ ਹੱਥ ਨਾਲ ਅੱਜ ਤੱਕ ਉਹ ਰਿਕਾਰਡ ਨਹੀਂ ਤੋੜ ਸਕਿਆ ਕਿਉਂਕਿ ਉਹ ਕਰੋਲੀ ਦਾ ਮਕਸਦ ਇਹ ਸੀ ਨਿਸ਼ਾਨਾ ਇੱਕ ਸੀ ਕਿ ਮੈਂ ਉੱਥੇ ਪਹੁੰਚਣਾ ਜੋ ਵੀ ਮਰਜ਼ੀ ਲੋਕ ਬੋਲਦੇ ਰਹਿਣ ਮੈਂ ਆਪਣੇ ਥਾਂ ਤੋਂ ਥਿੜਕਣਾ ਨਹੀਂ ਜ਼ਰਾ ਸੋਚ ਕੇ ਵੇਖਿਓ ਮੈਂ ਇਹ ਕਹਾਣੀ ਸੁਣਾਉਣ ਦਾ ਇੱਕ ਮਕਸਦ ਸੀ ਹੰਗਰੀ ਵਿੱਚ ਇੱਕੋ ਹੀ ਮਿਸਾਲ ਜੇ
जिथे गल कीती जांदी जे निशाना साधन दी या जिथे जांबाज अजिहा सी जिन्हें अपना निशाना छड़िया नहीं किन्नी भी खिल्ली उड़ाई गई होवे जरा अंदाजा लायो कि सिर उच्चा चुकिया अजिहा इतिहास उस थां ते हंगरी विच की मायने रखदा है। लोग हंगरी दे विच उनू अपना उस समय दा बेताज बादशाह उदों भी गिणदे सन अज भी फखर नाल उहदा नां उच्चा करके लैंदे ने। साढ़े पंजाब दे विच इक नहीं हर पिंड विच जे हर घर विच नहीं तां घट्टो घट पंज घर वी मिला लईए उहनां चों इक जरूर अजिहा योधा पंजाब दे विच सी तां अज की प्रॉब्लम इत्थे होई है आखिर की मुसीबत होई है। जरा ख्याल करो कि अज वो क्रांतिकारी जो इस समय जमीन ए जरखेज सी सिर वार देण वालियां वास्ते उत्थे जिस जमीन विच्चों पुंगरे सन भगत सिंह जिस जमीन विच्चों पुंगरे सन हरी सिंह नलुआ जिस जमीन विच्चों छोटे साहिबजादे अपने आप नूं नीहां विच चिणवाए जाण लई तैयार हो गए सन जिथे वड्डे साहिबजादियां ने जिस तरीके दी कुर्बानी कीती उहदी मिसाल दुनिया भर विच किते नहीं जिथे इक नहीं दो नहीं पूरी जमीन लाल जे इन्ने योधे होण जिस धरती ते इन्ना क्रांतिकारी इतिहास सी इन्ना सिर उच्चा चुक के तुरन वाला इतिहास सी उत्थे असी अपने पिछोकड़ नूं जाणदे होए अगां तोरिया की है। ख्याल करियो कि उन्हां समयां विच जिस तरीके दे इतिहास दा मैं जिक्र कर रही हां उहदे नाल इक सोच सी तुरी उस सोच सी कि असी किसी भी थां ते थिड़कना नहीं। कमाल वेखो कि उहदे उस समय जो लिखिया मिलदा जे छोटे साहिबजादियां बारे जिथों अंदाजा हो जाएगा असी थिड़के कित्थे हां क्योंकि उन्हां दे बराबर असी अपने आप नूं रख के वेख लईए साढ़े छे वरियां दे बाल की करदे ने हनेरे तो डरदे त्रहंदे मार मार कुटाई सहंदे किते सिर्फ अंदर गर्क तां नहीं गए असी उन्हां नूं इह तां नहीं डरा रहे बाहर हनेरा है चोर है असी तैनूं अंदर लुकाउणा है कि असी इत्थे भी तां नहीं उन्हां दे दिमाग विच वार दित्ता कि तुहाडे अगे जमीन जे जिहड़ी तुसी सांभणी है इह वंडी ना जाए इस करके असी अगों होर पुत्तर भी जम्मणों इनकारी हां ती भी जमणों इनकारियां क्योंकि साड़ी सोच सीमित हो गई है अपने कारोबार ते अपने कारोबार ते अपने खानदान ते इस तो अगा असी तुरदे ही नहीं पए। जरा अंदाजा लायो उस समय मेरे नाल तुरो कि जदों दो छोटे साहिबजादे खड़े सन किस तरीके दी आवाज किस तरीके दी अणख गूंजी होनी है उस समय वजीद खान दी विच कचहरी होण लगी एक साजिश गहरी रल के काजी ते मुलाने लग पए लाला नूं समझाने टुट गए तुहाडे सारे सहारे बाप भाई भी गए ने मारे बचिया नहीं कोई साक तुहाडा हो गया सब कुछ खाक तुहाडा इको ही बस रह गया है चारा मन लवो इस्लाम है तुहाडा सहारा ताज तख्त हो तुहाडे कोल सोने महल हूरां दे डोले जे इवें ही जिद पुगाई मरना पऊ मौत बिन आई। साढ़े ते ए समा आ जाए सच जाणियो छाती ते हथ रख के कहो अज दे दिन दा जे असी इतिहास सामने रख के वेखिए साढ़े विचों सच जाणियो 95% डर के यरक जाणगे मौत सामने वेख के बहुत ने जिहड़े दुबक भी जाणगे घरां दे अंदर भी लुकणगे उहदे पैरां 'च भी डिगणगे सानूं किसे तरीके साडी जिंदगी बख्श दे इस तो वध कुछ नहीं बल्कि इस तो अगां भी जाणगे लानत है साडे उत्ते कि अपणियां धीआं भैणां भी उहदे अगे परोस दिंदे ने पैसे भी दे देणगे सिर्फ इत्थे तक सीमित कि मेरी जिंदगी बख्श दे। पर कमाल वेखो उहनां दे जवाब उस समय की सन सुनोए खरा वजीदे खाना क्यों एवें डंड पाई जाना लालच नाल किनू ललचावे किनू मौत दा डर विखलावे हमरे बंस रीते आई सीस देत पर धर्म ना जाई दशमेश पिता दे लाल असी हां पर जालम दा काल असी हां।
ਜੋ ਵੀ ਲੱਗਦਾ ਹੈ ਜ਼ੋਰ ਲਗਾ ਲੈ, ਆਪਣੇ ਮਨ ਦਾ ਭਰਮ ਮਿਟਾ ਲੈ। ਸ਼ੇਰ ਕਦੋਂ ਗਿੱਦੜਾਂ ਤੋਂ ਡਰਦੇ, ਭੁੱਖੇ ਮਰ ਜਾਣ ਕਾ ਨਹੀਂ ਚਰਦੇ। ਔਰੰਗਜ਼ੇਬ ਜੇ ਆਪ ਵੀ ਆ ਜੇ, ਬਾਪ ਉਹਦੇ ਦਾ ਬਾਪ ਵੀ ਆ ਜੇ, ਸਾਡਾ ਧਰਮ ਛੁਡਾ ਨਹੀਂ ਸਕਦਾ, ਆਪਣੀ ਈਨ ਮਨਾ ਨਹੀਂ ਸਕਦਾ। ਸੱਚ ਦਾ ਝੰਡਾ ਬੁਲੰਦ ਹੈ ਰਹਿੰਦਾ, ਤਖਤ ਜਬਰ ਦਾ ਟਹਿ ਕੇ ਰਹਿੰਦਾ। ਇਹ ਉਹਨਾਂ ਨੂੰ ਉਸ ਸਮੇਂ ਜਵਾਬ ਦੇਣ ਦੀ ਜਾਚ ਸੀ, ਪਰ ਸਿਖਾਈ ਕਿਸਨੇ ਸੀ? ਪਿਛੋਕੜ ਸੀ ਉਹਨਾਂ ਦਾ, ਇਤਿਹਾਸ ਮਾਣ ਮੱਤਾ ਸੀ। ਇਤਿਹਾਸ ਬਚਾਉਣ ਦਾ ਸਿਰਫ ਇਹੀ ਕਾਰਨ ਹੁੰਦਾ ਜੇ ਕਿ ਅਗਾਂਹ ਜਦੋਂ ਅਸੀਂ ਤੁਰਦੇ ਹਾਂ ਉਸੇ ਮਾਣ ਮੱਤੇ ਇਤਿਹਾਸ ਨਾਲ ਤੁਰਦੇ ਹਾਂ। ਅੱਜ ਵੇਖਿਓ ਮੋਇੰਜੋ ਦੜੋ ਖਤਮ ਹੈ। ਕਿਉਂ ਖਤਮ ਹੈ? ਕਿਉਂਕਿ ਉਹਦਾ ਇਤਿਹਾਸ ਕੁਝ ਨਹੀਂ। ਉਸ ਥਾਂ ਤੇ ਰਹਿਣ ਵਾਲੇ ਸਾਰੇ ਤਬਦੀਲ ਹੋ ਗਏ, ਤੁਰ ਗਏ, ਆਪੋ ਆਪਣੇ ਕੰਮਾਂ ਵਿੱਚ ਰੁੱਝੇ। ਉਹਨਾਂ ਲਈ ਉਦੋਂ ਜਿੱਥੇ ਵੀ ਗਏ ਸਨ ਅਮਰੀਕਾ ਕੈਨੇਡਾ ਹੀ ਸੀ। ਉਸੇ ਹੀ ਤਰ੍ਹਾਂ ਇਨ ਬਿਨ ਉਂਝ ਦਾ ਉਂਝ ਅੱਜ ਸਾਡੇ ਪੰਜਾਬ ਅੰਦਰ ਹਾਲ ਜੇ। ਜਿੰਨੇ ਵੀ ਜਾ ਸਕਦੇ ਨੇ ਸਾਰੇ ਉਡਾਰੀ ਮਾਰਨ ਨੂੰ ਤਿਆਰ। ਅਸੀਂ ਬਾਹਰ ਜਾਣਾ ਚਾਹੁੰਦੇ ਹਾਂ, ਕਿਵੇਂ ਵੀ ਆਪਣੀ ਜ਼ਿੰਦਗੀ ਅਗਾਂਹ ਵਧਾਉਣਾ ਚਾਹੁੰਦੇ ਹਾਂ, ਆਪਣਾ ਟੱਬਰ ਅਗਾਂਹ ਤੋਰਨਾ ਚਾਹੁੰਦੇ ਹਾਂ, ਭਾਵੇਂ ਉਸ ਭੀੜ ਦੇ ਵਿੱਚ ਆਪਣੇ ਆਪ ਨੂੰ ਖਤਮ ਹੀ ਕਿਉਂ ਨਾ ਕਰ ਲਿਆ ਜਾਏ। ਪਰ ਇਹ ਖਤਮ ਹੋਣ ਦੇ ਨਾਲ ਸਿਰਫ ਉੱਥੇ ਤੱਕ ਜ਼ਬਾਨ ਖਤਮ ਹੁੰਦੀ ਜੇ, ਸੱਭਿਆਚਾਰ ਖਤਮ ਹੁੰਦਾ ਜੇ, ਇਤਿਹਾਸ ਖਤਮ ਹੁੰਦਾ ਜੇ, ਅਤੇ ਇਸ ਤਰੀਕੇ ਦਾ ਖਲਾ ਜੋ ਪੈਦਾ ਹੁੰਦਾ ਜੇ ਉਹ ਹਮੇਸ਼ਾ ਭਰਿਆ ਜਾਂਦਾ ਜੇ। ਚੇਤੇ ਰੱਖਿਓ ਕਿਸੇ ਥਾਂ 'ਤੇ ਆਪਣੇ ਖੇਤ ਵਿੱਚ ਜ਼ਮੀਨ ਪੁੱਟ ਕੇ ਵੇਖਿਓ ਅਤੇ ਛੱਡ ਦਿਓ, ਕਦੇ ਭਰਿਓ ਨਾ, ਵੇਖਿਓ ਫਿਰ ਵੀ ਹੌਲੀ ਹੌਲੀ ਭਰੇਗੀ ਜ਼ਰੂਰ। ਬਿਲਕੁਲ ਇਸੇ ਹੀ ਤਰ੍ਹਾਂ ਇਹ ਮੋਇੰਜੋ ਦੜੋ ਜ਼ਮੀਨ ਥੱਲੇ ਦੱਬਿਆ ਗਿਆ, ਖਤਮ ਹੋ ਗਿਆ। ਉੱਥੇ ਦੇ ਵਾਸੀਆਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ, ਇਤਿਹਾਸ ਸਾਡੇ ਕਿਸੇ ਨੂੰ ਪਰਵਾਹ ਵੀ ਨਹੀਂ ਉਹਨਾਂ ਦਾ ਸੀ ਕੀ। ਪਰ ਅੱਜ ਉਹਨਾਂ ਦੇ ਵਾਸੀਆਂ ਦੇ ਬਾਰੇ ਕੋਈ ਜਾਣਦਾ ਵੀ ਨਹੀਂ। ਜੇ ਇਹੋ ਹਾਲ ਪੰਜਾਬ ਦਾ ਰਿਹਾ, ਉਡਾਰੀ ਮਾਰਦੇ ਬਾਹਰ ਲੋਕ ਸਿਰਫ ਇਸ ਕਰਕੇ ਤੁਰਦੇ ਰਹਿਣਗੇ ਕਿ ਸਾਡਾ ਆਪਣਾ ਟੱਬਰ, ਸਾਡਾ ਆਪਣਾ ਅਗਾਂਹ ਆਉਣ ਵਾਲਾ ਸਮਾਂ ਉਹੀ ਸਿਰਫ ਚੰਗਾ ਰਹੇ। ਸੱਚ ਜਾਣਿਓ ਇਹ ਆਪਣੇ ਆਪ ਨੂੰ ਖਤਮ ਕਰਨ ਦਾ ਢੰਗ ਜੇ। ਉਹ ਸਾਹਿਬਜ਼ਾਦੇ ਛੋਟੇ ਜੇ ਇਹ ਜਵਾਬ ਦੇਣ ਦੀ ਥਾਂ ਇਸਲਾਮ ਕਬੂਲ ਕਰ ਲੈਂਦੇ ਨਾ, ਤੁਸੀਂ ਅੱਜ ਹੋਣਾ ਨਹੀਂ ਸੀ। ਨਾ ਮੈਂ ਹੋਣਾ ਸੀ, ਨਾ ਤੁਸੀਂ ਹੋਣਾ ਸੀ, ਨਾ ਇਹ ਮਾਣ ਮੱਤਾ ਇਤਿਹਾਸ ਹੋਣਾ ਸੀ, ਨਾ ਅਸੀਂ ਫਖਰ ਨਾਲ ਸਿਰ ਉੱਚਾ ਚੁੱਕ ਕੇ ਅੱਜ ਬੈਠੇ ਹੋਣਾ ਸੀ। ਪਰ ਇਹ ਫਖਰ ਨਾਲ ਉੱਚਾ ਚੁੱਕਣ ਜੋਗਾ ਅਸੀਂ ਕੀ ਆਪਣੇ ਆਉਣ ਵਾਲੇ ਸਾਰੇ ਅਗਲੀਆਂ ਪੁਸ਼ਤਾਂ ਨੂੰ ਛੱਡਿਆ ਜੀ? ਮੈਨੂੰ ਦੱਸਿਓ ਜ਼ਰੂਰ ਕਿ ਅਸੀਂ ਅਗਾਂਹ ਉਹਨਾਂ ਨੂੰ ਦੇ ਕੇ ਕੀ ਜਾਣਾ ਚਾਹੁੰਦੇ ਹਾਂ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਪਿਤਾ ਤਾਂ ਅਜਿਹੇ ਸਨ ਜਿਹੜੇ ਸਰਬੰਸ ਵਾਰ ਸਕਦੇ ਸਨ, ਪਰ ਤੁਸੀਂ ਅਗਾਂਹ ਸਿਰਫ ਇੰਨਾ ਯਾਦ ਰੱਖਿਓ ਕਿ ਤੁਹਾਡਾ ਦਾਦਾ ਜਿਹੜਾ ਸੀ ਉਹ ਨਸ਼ਿਆਂ ਦੇ ਖਾਤਰ ਮਰ ਗਿਆ, ਤੁਹਾਡਾ ਪਿਓ ਖੁਦਕੁਸ਼ੀ ਕਰਕੇ ਮਰ ਗਿਆ। ਕਿ ਇਸ ਮਾਣ ਮੱਤੇ ਨੂੰ ਇਤਿਹਾਸ ਕਵਾਂਗੇ? ਇਹ ਇਤਿਹਾਸ ਹੈ ਸਾਡਾ ਜੋ ਆਉਣ ਵਾਲੇ ਸਾਡੇ ਬਾਲ ਦੇਖਣ ਕਿ ਸਾਡੇ ਘਰਾਂ ਵਿੱਚ ਅਜਿਹਾ ਇਤਿਹਾਸ ਹੈ ਜੋ ਅੱਗੇ ਅਸੀਂ ਤੋਰ ਹੀ ਨਹੀਂ ਸਕਦੇ, ਜਾਂ ਇੱਕ ਪਾਸੇ ਖੁਦਕੁਸ਼ੀਆਂ ਨੇ, ਜਾਂ ਨਸ਼ਿਆਂ ਵਿੱਚ ਗਰਕਿਆ ਉਹ ਹਾਲ ਹੈ ਜਿਸ ਦੇ ਬਾਰੇ ਅਸੀਂ ਜ਼ਿਕਰ ਕਰਨਾ ਤੱਕ ਨਹੀਂ ਚਾਹੁੰਦੇ। ਪਰ ਕਮਾਲ ਤਾਂ ਉਦੋਂ ਹੋਏਗੀ ਜਦੋਂ ਜਿਨ੍ਹਾਂ ਵੀ ਮੁਲਕਾਂ ਵਿੱਚ ਗਏ ਹੋਵੋਗੇ ਉਹਨਾਂ ਥਾਵਾਂ 'ਤੇ ਅੱਜ ਵੀ ਝਾਤ ਮਾਰਿਓ। ਕਿਸੇ ਵੀ ਥਾਂ ਅਜਿਹਾ ਥਾਂ ਨਹੀਂ ਲੱਭ ਰਿਹਾ ਜਿੱਥੇ ਤੁਹਾਡੇ ਵਿਰੁੱਧ, ਸਾਡੇ ਪੰਜਾਬੀ ਵੀਰਾਂ ਜਾਂ ਭੈਣਾਂ ਦੇ ਵਿਰੁੱਧ ਉੱਥੇ ਆਵਾਜ਼ ਨਾ ਉੱਠੀ ਗਈ ਹੋਏ। ਉਹਨਾਂ ਥਾਵਾਂ 'ਤੇ ਵੀ ਗੋਲੀਆਂ ਵੀ ਮਾਰਦੇ ਨੇ, ਲੜਦੇ ਵੀ ਨੇ, ਗਾਲਾਂ ਵੀ ਕੱਢਦੇ ਨੇ। ਇਹ ਸਾਰੀ ਮੰਦੀ ਸ਼ਬਦਾਵਲੀ ਸਿਰਫ ਇਸ ਕਰਕੇ ਕਿ ਇਹ ਸਾਡੀ ਥਾਂ ਭਰਨ ਆ ਗਏ ਨੇ ਤੇ ਆਪਣੀ ਪਛਾਣ ਗੁਆ ਕੇ ਪਹੁੰਚ ਰਹੇ ਨੇ। ਖਿਆਲ ਕਰਿਓ ਕਦੇ ਵੀ ਉਹਨਾਂ ਮੁਲਕਾਂ 'ਚੋਂ ਜਦੋਂ ਆਵਾਜ਼ ਉੱਠੀ ਕਿ ਇਹ ਜਿਹੜੇ ਵੀ ਪਿਛੋਕੜ ਪੰਜਾਬ ਦੇ ਨੇ ਇਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ, ਕਿਉਂਕਿ ਇਹਨਾਂ ਦਾ ਇਤਿਹਾਸ ਅੱਜ ਦੇ ਦਿਨ ਜੋ ਉੱਥੇ ਪਹੁੰਚ ਰਿਹਾ ਉਹ ਇਹ ਹੈ ਕਿ ਇਹ ਨਸ਼ਿਆਂ ਦੇ ਵਿੱਚ ਗਰਕ ਚੁੱਕੇ ਨੇ, ਏਡਸ ਦੇ ਸ਼ਿਕਾਰ ਨੇ, ਨਪੁੰਸਕ ਨੇ, ਤੇ ਆਪਣੀਆਂ ਕੁੱਖਾਂ ਵਿੱਚ ਧੀਆਂ ਮਾਰਦੇ ਨੇ। ਫਿਰ ਕਮਾਲ ਹੀ ਕਰਦੇ ਨੇ ਕਿ ਜਿਹੜੀਆਂ ਜੰਮ ਲੈਣ ਦਿੰਦੇ ਨੇ ਉਹਨਾਂ ਨੂੰ ਸੜਕਾਂ 'ਤੇ ਸਮੂਹਕ ਬਲਾਤਕਾਰ ਕਰਕੇ ਨੋਚਦੇ ਨੇ, ਨਿੱਕੀਆਂ ਬਾਲੜੀਆਂ ਨੂੰ ਘਰਾਂ ਵਿੱਚ ਜ਼ਬਰ ਜਨਾਹ ਕਰਦੇ ਨੇ। ਇਹੋ ਜਿਹੀ ਸੋਚ ਕਿਸ ਤਰੀਕੇ ਦੀ ਅਸੀਂ ਅਗਾਂਹ ਲਿਜਾ ਰਹੇ ਹਾਂ? ਕਿਵੇਂ ਸੋਚਦੇ ਹਾਂ ਅਸੀਂ ਆਪਣਾ ਪਿਛੋਕੜ ਜੋ ਉਹ ਸਾਨੂੰ ਮਿਲਿਆ ਸੀ ਅਸੀਂ ਅਗਾਂਹ ਤੋਰ ਕੇ ਜਾਵਾਂਗੇ?
ना असी हवा सुरक्षित दे के चले हाँ, ना असी इस वेले पानी सुरक्षित दिता है। जिथे भी वेखिए जमीन विच जहर रला दिता है, इहो जी पौध किन्नी देर बचेगी ते किवें बचेगी। असी इत्थे तक भी सोचते हाँ, कमाल ही जे साडे किसान वीरे भी कई बार कह देंदे ने, बाकी तो असी छिड़का कर दिता अपने घर लई, असी कणक वख रखीए, इत्थे छिड़का नहीं किया। कौन समझाए उन्हां नूं जमीन इक्को ही जे, इह मां है ना, इह किते वितकरा नहीं करदी। थोड़े थां ते तुसीं ना भी छिड़का करोगे, जमीन राही खिंच लैना उसे कणक ने जहर, पर उन्हें लैना ही लैना है। सो यह जहर जिहड़ा दूजिआं नूं खवाउणा जे, उस तो तीन गुणा वध जमीन राही उस कणक ते भी पहुँचना जिथे छिड़का नहीं किया। आखिर क्यों असी अपने बालों नूं जहर दे नाल, कैंसर दे नाल खत्म करना चाह रहे हैं। कुछ अंकड़े तुहाडे लई मैं लैके आई सां कि शायद तुहानूं इन्हां तों समझ आ जाए असी किस हाल ते पहुंचे हाँ ते की साडे कोल बचिया है। वर्ल्ड हैल्थ ऑर्गेनाइजेशन ने दस्या कल्ले पंजाब विच 44 तो 51 मिलियन मीट्रिक जिहड़े टन असी सिर्फ जिहड़ा कणक दा बचिया होया जो असी साड़दे हां, पराली जो साड़दे हां, उहदे नाल हर साल इन्नी गंदगी असी भर रहे हां कि 1990 तो 2016 तक दे विच जिन्नी क असी हवा दे विच गंदगी फैला दित्ती है, 16.6% वध चुकी है। कमाल वेखो कि उहदे नाल तीन गुणा वध कैंसर असी सहार रहे हां। जिथे दमे दे रोगी वध रहे ने, उत्थे ही साडियां मौतां दी दर दे विच 13% असी वधा छड्डीए सिर्फ ये गंदगी जो असी हवा दे विच फैला रहे हां, जिन्हां दे विच छोटी उम्र विच मौतां, जिन्हां दे विच कैंसर दे नाल साडे अखां दीआं बीमारियां, चमड़ी दीआं बीमारियां, ते इत्थों तक जो इस साल दा हाल जो यूनाइटेड नेशंस ने ते वर्ल्ड हेल्थ ऑर्गेनाइजेशन ने पंजाबियों लई इक वार्निंग इशू कर दिती है कि इस वेले जो हवा विच निक्के ते बरीक किणके फिर रहे ने, ओ जिन्ना क असी इंसान सह सकते हाँ उहदे तो 20 गुणा वध ने। कमाल ही जे ना, ते 10 गुणा वध हो जाण ते तुसीं इह समझ लो शकराणुआं ते भी असर पैंदा जे, उहदे नाल बीमारियां दा ढेर भी हुंदा जे, ते असी 20 गुणा अगे वधाया पिया, तुसी हिसाब ला लो। ते इहदा मतलब जे कि जिन्ना खर्चा अज पंजाबी अपनी सेहत ते कर रहे ने, इह तुसी ते मैं अंकड़े इकट्ठे नहीं कीते, पर जे सुणोगे ना कि किन्ने अंकड़े इह दस रहे ने सानूं, अंदाज़ा हो जाएगा असी कित्थे खड़े हाँ। क्योंकि इह पिछले 5 सालां विच पंजाबियां दी सेहत ते खर्चा होया 152.9 बिलियन US डॉलर तक पहुँच चुका जे, जरा अंदाज़ा ला लो। ये खर्चा असी अपने काम कार तो परां हो के ते अपने इलाज दे उच्चे जो पंजाबी खर्च रहे ने, इस हिसाब दा असी सिर्फ एक पराली पिछे या स्प्रेयां पिछे जो मार छड्या है, ये साडा किस तरीके काण कर रहा है टब्बरां दा, पर सानू समझ नहीं आ रही कि हुण अगों कह रहे ने कि जे यही हाल रहा ता नवें वरे विच खुशियां मनाउण दी लोड़ नहीं, क्योंकि पंजाबियां दे विच 12.7% होर मौतां हो जाणियां ने 2020 विच कैंसर तों, होर भी साह दीआं, चमड़ी दीआं या जिन्नियां भी बीमारियां दे नालों नाल हार्ट अटैक्स दे नाल, ये गिणती 12.7% होर वध जाणी जे 2020 दे विच, जे हाले भी असी टिके ना। अंदाजा तो ला के वेखिए कि साडा पिछोकड़ की सी ते किस हिसाब नाल असी अगां निवाण दी हद छू रहे हां, कि जिथे ना असी नशे तो परां होना चाहुंदे हां, ना असी पराली साड़न तो टलदे हां, ना स्प्रेयां तो हटदे हां, सिर्फ कुछ समय दी, उस समय दी कि सानू इस वेले ज़्यादा झाड़ मिल जाएगा, ये भुल ही रहे हां कि अगों पुश्त सारी दी सारी नास हो जानी है। क्यों आखिर उत्थे ही टिके हां, क्यों नहीं असी रागी दी फसल बीज दे जिस दे नाल कर्नाटक विच इस समय डायबिटीज़, शक्कर रोग दा लगभग अंत हो गया है, दिल दियां बीमारियां नहीं हुंदियां, कैंसर नहीं हो रहा। ए रागी तुहाडे लई इक बार बीज के वेखो,
ਨਾ ਪਾਣੀ ਦੀ ਲੋੜ ਇਹਨੂੰ, ਸੁੱਕੇ ਥਾਂ ਤੇ ਵੀ ਉੱਗ ਜਾਂਦੀ ਜੇ ਤੇ ਕਣਕ ਨਾਲੋਂ 4 ਗੁਣਾ ਰੇਟ ਤੇ ਵਿਕਦੀ ਹੋਵੇ, ਕਿਉਂ ਨਹੀਂ ਅਸੀਂ ਪੰਜਾਬ ਵਿੱਚ ਰਾਗੀ ਦੀ ਫਸਲ ਬੀਜਦੇ, ਕਿਉਂ ਨਹੀਂ ਅਸੀਂ ਹੋਰ ਤਬਦੀਲੀ ਲੈ ਕੇ ਆਉਂਦੇ, ਕਿਉਂ ਆਖਰ ਅਸੀਂ ਕਣਕਾਂ ਚੌਲਾਂ ਤੇ ਅੜੇ ਹੋਏ ਹਾਂ, ਕਿਉਂ ਹਰ ਵਾਰ ਅਸੀਂ ਹੱਥ ਅੱਡਦੇ ਹਾਂ ਸਰਕਾਰਾਂ ਦੇ ਅੱਗੇ, ਕਿਉਂ ਨਹੀਂ ਆਪਣੀਆਂ ਜਥੇਬੰਦੀਆਂ ਤਿਆਰ ਕਰਦੇ, ਪਿੰਡਾਂ ਦੇ ਵਿੱਚ ਕਿਉਂ ਨਹੀਂ ਅਜਿਹੇ ਕਾਰਪੋਰੇਟ ਸੰਸਥਾ ਤਿਆਰ ਕਰਦੇ ਕਿ ਸਾਡੇ ਪਿੰਡ ਦੀ ਪੈਦਾਵਾਰ ਅਸੀਂ ਅਗਾਂਹ ਵੇਚਾਂਗੇ। ਸਰਕਾਰਾਂ ਨੂੰ ਤੁਹਾਡੇ ਕੋਲ ਗੋਡੇ ਟੇਕ ਕੇ ਆਉਣਾ ਪੈਣਾ ਜੇ ਤੁਹਾਨੂੰ ਸਰਕਾਰਾਂ ਕੋਲ ਇਸ ਤਰ੍ਹਾਂ ਸੜਕਾਂ 'ਤੇ ਰੋਲਣ ਦੀ ਲੋੜ ਨਹੀਂ, ਕਿਉਂ ਆਪਣੇ ਕਣਕ ਚੌਲ ਸੜਕਾਂ 'ਤੇ ਰੋਲਦੇ ਹੋ? ਆਪਣੇ ਆਪ ਇਹਦੀ ਵਰਤਕ ਸ਼ੁਰੂ ਕਰੋ, ਵਿਕਰੀ ਸ਼ੁਰੂ ਕਰੋ, ਸਰਕਾਰਾਂ ਆਪ ਗੋਡੇ ਟੇਕਦੀਆਂ ਆਉਣਗੀਆਂ। ਬਿਲਕੁਲ ਇਸੇ ਤਰ੍ਹਾਂ ਜੇ ਸਬਜ਼ੀਆਂ ਨੇ ਆਪ ਵੇਚੋ, ਔਰਗੈਨਿਕ ਵੇਚੋ, ਜਿਹੜੀਆਂ ਮਹਿੰਗੀਆਂ ਵੀ ਵਿਕਦੀਆਂ ਨੇ, ਕਿਉਂ ਨਹੀਂ ਤੁਸੀਂ ਇੱਕ ਜਿੱਥੇ ਦੇਖ ਰਹੇ ਹਾਂ ਅਸੀਂ ਅੱਜ ਕਿ ਬਹੁਤ ਸਾਰੇ ਸਾਡੇ ਕਿਸਾਨ ਖੁਦਕੁਸ਼ੀਆਂ ਵੱਲ ਤੁਰ ਰਹੇ ਨੇ, ਜੇ ਸਾਰੇ ਰਲ ਕੇ ਇੱਕੋ ਵਾਰ ਫੈਸਲਾ ਕਰ ਲੈਣ ਕਿ ਇਸ ਪਿੰਡ ਵਿੱਚ ਅਸੀਂ ਸਾਂਝੇ 6 ਟਰੈਕਟਰ ਪਾਏ ਤੇ ਸਾਰਿਆਂ ਦਾ ਕੰਮ ਇਹੋ ਕਰੇਗਾ, ਕਿਉਂ ਨਹੀਂ ਖਰਚਾ ਬਚਾ ਸਕਦੇ? ਕਿਉਂ ਅਸੀਂ ਇਹੋ ਜਿਹੇ ਖਰਚਿਆਂ ਤੇ ਲੱਗਿਆਂ ਕਿ ਆਪਣੇ ਟਰੈਕਟਰਾਂ ਦੇ ਉੱਤੇ ਏਸੀ ਲਾਣੇ ਨੇ, ਵੱਡੇ ਟਾਇਰ ਲਾਣੇ ਨੇ? ਕਿਸ ਨੂੰ ਦਿਖਾਉਣ ਲਈ? ਕਿ ਕਿਸੇ ਨੂੰ ਦਿਖਾਵਾ ਕਰਨ ਲਈ ਅਸੀਂ ਪੰਜਾਬ ਅਗਾਂਹ ਤੋਰ ਰਹੇ ਹਾਂ? ਅਸੀਂ ਆਪਣੇ ਮਾਣ ਮੱਤੇ ਇਤਿਹਾਸ ਨੂੰ ਅਗਾਂਹ ਤੋਰਨ ਲਈ ਕਰ ਰਹੇ ਹਾਂ? ਕਿਉਂ ਨਾ ਹਰ ਘਰ ਵਿੱਚ ਹਰਿਆਲੀ ਹੋਵੇ? ਜੇ ਕੇਰਲ ਵਰਗੇ ਮੁਲਕ ਦੇ ਵਿੱਚ ਅੱਜ ਰੋਟੀ ਬੈਂਕ ਤੁਰ ਸਕਦਾ ਹੈ, ਜਿੱਥੇ ਕੋਈ ਘਰ ਅਜਿਹਾ ਨਹੀਂ ਜਿਹਦੇ ਘਰ ਰੋਟੀ ਨਾ ਰਵੇ, ਕੋਈ ਅਜਿਹਾ ਨਹੀਂ ਜਿਹੜਾ ਭੁੱਖਾ ਰਹਿ ਕੇ ਸੌਂ ਜਾਵੇ, ਤੇ ਉਹ ਥਾਂ ਜਿੱਥੇ ਇੱਕ ਇੱਕ ਘਰ ਦੇ ਵਿੱਚੋਂ ਹਰ ਰੋਜ਼ ਰਾਤ ਨੂੰ ਨੌਜਵਾਨ ਮੁੰਡੇ ਤੁਰਦੇ ਨੇ ਕਿ ਅਸੀਂ ਇੱਕ ਇੱਕ ਰੋਟੀ ਸਾਰਿਆਂ ਤੋਂ ਇਕੱਠੀ ਕਰਨੀ ਹੈ ਤੇ ਅਗਾਂਹ ਲੈ ਜਾਣੀ ਹੈ। ਜਿਸ ਦੇ ਘਰ ਰੋਟੀ ਨਾ ਹੋਵੇ ਉਸੇ ਰੋਟੀ ਬੈਂਕ 'ਚੋਂ ਸਭ ਨੂੰ ਦਿੱਤਾ ਜਾਂਦਾ ਹੈ। ਅਸੀਂ ਪੰਜਾਬੀ ਕਿਉਂ ਇਸ ਤੋਂ ਵੀ ਪਿਛਾਂ ਰਹਿ ਗਏ? ਸਾਰੇ ਮੁਲਕ ਨੂੰ ਰੋਟੀ ਖਵਾਉਣ ਵਾਲੇ ਉਹ ਪੰਜਾਬੀ ਜਿੱਥੇ ਕਿਸੇ ਹੋਰ ਥਾਂ ਤੇ ਵੀ ਸੋਕਾ ਪਿਆ ਹੋਵੇ ਪਹੁੰਚ ਜਾਂਦੇ ਨੇ ਖਵਾਉਣ ਲਈ, ਕਿਉਂ ਅਖੀਰ ਆਪਣੇ ਘਰਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਖੁਦਕੁਸ਼ੀਆਂ ਨੂੰ ਨਹੀਂ ਰੋਕ ਸਕਦੇ? ਕਿਉਂ ਅਸੀਂ ਮੁਫਤ ਬਿਜਲੀ ਪਾਣੀ ਦੇ ਚੱਕਰ ਵਿੱਚ ਗੋਡੇ ਟੇਕਦੇ ਪਏ ਹਾਂ? ਕਿਉਂ ਸਾਡੀਆਂ ਧੀਆਂ ਹੱਕ ਮੰਗਦੀਆਂ ਚੁੰਨੀਆਂ ਲਹਾਉਂਦੀਆਂ ਨੇ ਉਹਨਾਂ ਪੁਲਿਸ ਵਾਲਿਆਂ ਕੋਲੋਂ, ਉਹਨਾਂ ਹੀ ਜਣਿਆਂ ਕੋਲੋਂ ਜਿਨ੍ਹਾਂ ਨੂੰ ਚੁਣ ਕੇ ਆਪ ਕੁਰਸੀਆਂ 'ਤੇ ਬਿਠਾ ਰਹੇ ਹਾਂ ਅਤੇ ਉਹਨਾਂ ਦੇ ਉੱਤੇ ਕੀਤੇ ਖਰਚੇ ਨੂੰ ਵੇਖ ਕੇ ਚੁੱਪ ਵੀ ਕਰ ਜਾਂਦੇ? ਕਿਉਂ ਅਸੀਂ ਆਖਰ ਇੰਨੇ ਗਿਰੇ ਹੋਏ ਹੋ ਚੁੱਕੇ ਹਾਂ ਕਿ ਆਪਣੇ ਸਾਹਮਣੇ ਵੇਖਦੇ ਹੀ ਸਾਡੇ ਹੱਕਾਂ ਦੇ ਉੱਤੇ ਲੁੱਟ ਮਚ ਰਹੀ ਹੈ ਫਿਰ ਵੀ ਅਸੀਂ ਹਟਦੇ ਨਹੀਂ? ਅੰਦਾਜ਼ਾ ਲਾਇਓ ਜਿੰਨੇ ਕੁ ਪੁਲਿਸ ਵਾਲੇ ਇਸ ਵੇਲੇ ਸਿਆਸਤਦਾਨਾਂ ਨੂੰ ਬਚਾਉਣ 'ਤੇ ਲੱਗੇ ਨੇ, ਜਿੰਨੇ ਕੁ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਕੁਰਸੀਆਂ 'ਤੇ ਬਿਠਾ ਦਿੱਤੇ ਗਏ ਨੇ, ਜਿੰਨਾ ਕੁ ਖਰਚਾ ਉਹਨਾਂ 'ਤੇ ਹੋ ਰਿਹਾ ਜੇ ਨਾ, ਸੱਚ ਜਾਣਿਓ ਪੰਜਾਬ ਵਿੱਚ ਅਗਲੇ 10 ਵਰੇ ਹਰ ਬੱਚਾ ਮੁਫਤ ਪੜ੍ਹ ਸਕਦਾ ਹੈ। ਇੰਨਾ ਖਰਚਾ ਸਿਰਫ ਉਹਨਾਂ ਦੇ ਆਲੇ ਦੁਆਲੇ ਜਿਹੜੇ ਬੈਠੇ ਨੇ ਉਹਨਾਂ ਨੂੰ ਬਚਾਉਣ ਲਈ, ਕਿਹਨਾਂ ਤੋਂ? ਸਾਡੇ ਤੋਂ। ਅਸੀਂ ਉਹ ਹੀ ਚੁਣੇ ਸੀ ਅਤੇ ਸਾਡੇ ਤੋਂ ਹੀ ਬਚਾਉਣ ਲਈ ਜਿਸ ਤਰੀਕੇ ਦੇ ਤੁਹਾਡੇ ਅੱਗੇ ਉਹ ਤਿਲ ਫੁੱਲ ਸੁੱਟ ਦਿੰਦੇ ਨੇ ਨਾ ਮੁਫਤ ਬਿਜਲੀ ਪਾਣੀ ਦਾ, ਖਿਆਲ ਕਰਿਓ ਕੱਢਦੇ ਕਿੰਜ ਨੇ। ਹਰ ਜਿਹੜੀ ਵੀ ਚੀਜ਼ ਖਰੀਦਣੀ ਹੈ, ਚਾਹ ਪੱਤੀ ਖਰੀਦਣੀ ਹੈ, ਖੰਡ ਖਰੀਦਣੀ ਹੈ, ਹਰ ਥਾਂ 'ਤੇ 3-3 ਗੁਣਾ ਟੈਕਸ। ਉਹੀ ਦਵਾਈਆਂ ਜੋ ਹਰਿਆਣੇ ਦੇ ਵਿੱਚ 4 ਹਿੱਸੇ ਦੀ ਕੀਮਤ 'ਤੇ ਮਿਲਦੀਆਂ ਨੇ, ਅਸੀਂ 4 ਗੁਣਾ ਮਹਿੰਗੀਆਂ ਖਰੀਦਦੇ ਹਾਂ, ਉਹੀ ਟੈਕਸ ਦੇ ਰਹੇ ਹਾਂ। ਜਿਹੜੀ ਮੁਫਤ ਬਿਜਲੀ ਪਾਣੀ ਦੇ ਚੱਕਰ ਵਿੱਚ ਖੁਸ਼ ਹੋ ਕੇ ਅਸੀਂ ਵੋਟਾਂ ਆਪਣੀਆਂ ਵੇਚ ਦਿੰਦੇ ਹਾਂ, ਜ਼ਰਾ ਅੰਦਾਜ਼ਾ ਤਾਂ ਲਾਓ ਕਿਸ ਹਿਸਾਬ ਦਾ ਅਸੀਂ ਲੁੱਟੇ ਗਏ ਹਾਂ। ਪੰਜਾਬ ਤਬਾਹ ਹੋ ਰਿਹਾ ਜੇ, ਸਿਵਿਆਂ ਵੱਲ ਜਾ ਰਿਹਾ ਜੇ, ਫਿਰ ਵੀ ਅਸੀਂ ਆਪਣੇ ਹੱਕਾਂ ਬਾਰੇ ਜਾਗਦੇ ਨਹੀਂ। ਆਖਰ ਉਡੀਕਦੇ ਕਿਸ ਨੂੰ? ਕੋਈ ਹੋਰ ਆ ਕੇ ਜਗਾਏਗਾ ਸਾਨੂੰ? ਕਿਸੇ ਹੋਰ ਨੂੰ ਲੱਗੇਗੀ ਪੀੜ ਕਿ ਪੰਜਾਬ ਖਤਮ ਹੋ ਰਿਹਾ ਜੇ, ਇਹ ਲੈਂਡ ਫਿਲ ਹੋਣ ਲੱਗੀ ਜੇ, ਇੱਥੋਂ ਨਿਕਲ ਚੁੱਕੇ ਨੇ ਲੋਕ ਜਿੰਨੇ ਕੁ ਕਮਾਈ ਕਰਨ ਯੋਗ ਸਨ, ਬਾਕੀ ਖਤਮ ਹੋਇਆਂ ਨੂੰ, ਲਤਾੜੇ ਹੋਇਆਂ ਨੂੰ, ਜੁੱਤੀ ਚੱਟਾਂ ਨੂੰ, ਰੀੜਾਂ ਦੀ ਹੱਡੀ ਜਿਨ੍ਹਾਂ ਦੀ ਖਤਮ ਹੋ ਚੁੱਕੀ ਹੈ, ਜਗਾਉਣ ਕਿਸ ਨੇ ਆਉਣਾ ਹੈ? ਹਰ ਸਦੀ ਵਿੱਚ ਉਡੀਕਦੇ ਕਿਉਂ ਆ? ਕੋਈ ਮਾਈ ਭਾਗੋ ਹੀ ਆਵੇ, ਬੈਂਤ ਮਾਰੇ, ਖੜਾ ਕਰੇ, ਫਿਰ ਹੀ ਅਸੀਂ ਜਾਗਦੇ ਹਾਂ? ਕਿਉਂ ਨਹੀਂ ਉੱਠ ਰਹੇ? ਕਿਉਂ ਨਹੀਂ ਅਸੀਂ ਆਪਣੇ ਹੱਕਾਂ ਲਈ ਆਪ ਉੱਠਦੇ ਕਿ ਇਹ ਗਲਤ ਹੈ ਤੇ ਅਸੀਂ ਗਲਤ ਨੂੰ ਗਲਤ ਕਹਿਣ ਦਾ ਦਮ ਰੱਖੀਏ? ਕਿਉਂ ਨਹੀਂ ਅਗਲੀ ਵਾਰ ਤੁਹਾਡੇ ਵਿੱਚੋਂ ਖੜੇ ਹੁੰਦੇ ਲੋਕ ਕਿ ਅਸੀਂ ਉਹੀ ਰਵਾਇਤੀ ਪਾਰਟੀਆਂ ਦੇ ਅੱਗੇ ਲਿਟ ਗਏ, ਰੁਲ ਗਏ, ਬਰਬਾਦ ਹੋ ਗਏ, ਸਾਡੇ ਬੱਚੇ ਇੱਥੇ ਕੰਮ ਕਰਨ ਜੋਗੇ ਨਹੀਂ ਰਹੇ, ਪਰਲੇ ਸਾਵਾਂ 'ਤੇ ਰੁਲਦੇ ਨੇ, ਜਾ ਕੇ ਵੇਖੋ ਸਾਡੇ ਨਵੇਂ ਇੱਥੋਂ ਜਾਂਦੇ ਬੱਚੇ ਕਿਸ ਤਰੀਕੇ ਦਿਨ ਰਾਤ ਮਿਹਨਤ ਕਰਕੇ ਰੁਲਦੇ ਨੇ? ਕਿਉਂ ਕਿਉਂ ਸਾਡੀ ਧਰਤੀ ਆਪਣੇ ਪੁੱਤਰਾਂ ਧੀਆਂ ਨੂੰ ਖਵਾਉਣ ਤੋਂ ਇਨਕਾਰੀ ਹੋ ਗਈ?
ਕਿਉਂਕਿ ਅਸੀਂ ਆਪਣੇ ਹੱਕਾਂ ਲਈ ਬੋਲਣੋਂ ਹਟ ਗਏ। ਇੱਕ ਤੇ ਜ਼ੁਲਮ ਹੁੰਦਾ ਦਿਸੇ ਅਸੀਂ ਮੂੰਹ ਬੰਦ ਕਰ ਲੈਂਦੇ। ਕਿਉਂ ਨਹੀਂ ਸਾਰੇ ਪੰਜਾਬ ਨੂੰ ਅੱਗ ਲੱਗੀ ਜਦੋਂ ਵੇਖਿਆ ਸੀ ਕਿ ਸਾਡੀਆਂ ਧੀਆਂ ਸੜਕਾਂ ਤੇ ਆਪਣੇ ਹੱਕਾਂ ਲਈ ਆਪਣੀਆਂ ਤਨਖਾਹਾਂ ਲਈ ਜਦੋਂ ਲੜਦੀਆਂ ਫਿਰਦੀਆਂ ਸੀ, ਕਿਉਂ ਬਾਕੀ ਸਾਰੇ ਚੁੱਪ ਆਪੋ ਆਪਣੇ ਘਰਾਂ ਵਿੱਚ ਉਡੀਕਦੇ ਸੀ? ਇਹੀ ਉਡੀਕ ਰਹੇ ਸੀ ਸਾਡੇ ਘਰ ਤੇ ਅੱਗ ਲੱਗੇਗੀ ਫਿਰ ਚੀਕਾਂਗੇ। ਅੱਜ ਹਰ ਪਿੰਡ ਹਰ ਘਰ ਨਸ਼ਿਆਂ ਕਰਕੇ ਤਬਾਹ ਹੋਇਆ ਪਿਆ। ਕਿਉਂ ਨਹੀਂ ਅਸੀਂ ਸਾਰਾ ਪੰਜਾਬ ਖੜਾ ਹੁੰਦਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਅਸੀਂ ਇਸ ਧਰਤੀ ਤੇ ਪੈਰ ਨਹੀਂ ਧਰਨ ਦੇਣਾ? ਕਿਉਂ ਨਹੀਂ ਖੜੇ ਹੁੰਦੇ ਕਿ ਅਸੀਂ ਆਪਣੇ ਪੁੱਤਰਾਂ ਧੀਆਂ ਨੂੰ ਬਚਾਉਣਾ ਹੈ? ਕਿਉਂਕਿ ਸਾਡਾ ਮਾਣ ਮੱਤਾ ਇਤਿਹਾਸ ਸੀ ਜਿੱਥੇ ਸ਼ਹੀਦਾਂ ਦਾ ਨਾਮ ਲੈਂਦਿਆਂ ਸਿਰ ਚੁਕਾਇਆ ਜਾਂਦਾ ਜੇ, ਕਿਉਂ ਉਹ ਸਾਰਾ ਇਤਿਹਾਸ ਅਸੀਂ ਰੋਲ ਰਹੇ ਹਾਂ? ਕਿਸ ਕਰਕੇ ਅਸੀਂ ਆਪਣੀਆਂ ਧੀਆਂ ਨੂੰ, ਉਹ ਧੀਆਂ ਜਿਹੜੀਆਂ ਕਿਸੇ ਵੇਲੇ ਰਾਜਿਆਂ ਦੇ ਵਿਰੁੱਧ, ਪਹਾੜੀ ਰਾਜਿਆਂ ਵਿਰੁੱਧ ਜੰਗ ਜਿੱਤ ਸਕਦੀਆਂ ਸੀ ਨਾਬਾਲਗ ਬੱਚੀਆਂ, ਕਿਉਂ ਨੋਚੀਆਂ ਜਾ ਰਹੀਆਂ ਨੇ? ਕਿਉਂ ਉਹਨਾਂ ਦੇ ਅੱਗੇ ਖੜੇ ਕੋਈ ਵੀ ਬਿਹਾਰ ਤੋਂ ਆਏ ਛਾਤੀ ਤੇ ਹੱਥ ਰੱਖ ਕੇ ਕਹਿ ਦਿੰਦਾ ਏ ਮੈਂ ਆਪਣਾ ਬੀਜ ਇਹਨਾਂ ਦੇ ਵਿੱਚ ਬੀਜਣਾ? ਕਿਉਂ ਅਸੀਂ ਇਹ ਲਾਹਨਤ ਵੀ ਜਰ ਜਾਂਦੇ ਹਾਂ? ਕਿਉਂ ਸਾਡਾ ਲਹੂ ਨਹੀਂ ਖੋਲਦਾ? ਕਿਉਂ ਖੜੇ ਨਹੀਂ ਹੁੰਦੇ? ਕਿਉਂ ਸਾਡੀਆਂ ਧੀਆਂ ਸਿਰਫ ਇਸ ਵਾਸਤੇ ਸਕੂਲਾਂ ਦੇ ਵਿੱਚ ਦੱਬ ਦਿੱਤੀਆਂ ਗਈਆਂ ਨੇ ਕਿ ਤੁਸੀਂ ਇਕੱਲੇ ਮੇਕਅਪ ਸਿੱਖ ਕੇ ਬਾਹਰ ਨਿਕਲੋ? ਕਿਉਂ ਨਹੀਂ ਅਸੀਂ ਆਪਣੀਆਂ ਧੀਆਂ ਨੂੰ ਜੂਡੋ ਕਰਾਟੇ ਸਿਖਾਉਂਦੇ, ਸਰੀਰਕ ਪੱਖੋਂ ਤਗੜੇ ਕਰਦੇ? ਸਾਡੀਆਂ ਪੰਜਾਬਣਾਂ ਸ਼ੇਰਨੀਆਂ ਹੁੰਦੀਆਂ ਸਨ, ਸ਼ਿਕਾਰ ਬਣਨ ਵਾਲੀਆਂ ਨਹੀਂ ਸੀ ਹੁੰਦੀਆਂ। ਪਰ ਇਹਨੂੰ ਬਣਾਉਣ ਵਾਲਾ ਕੌਣ ਜੇ? ਇਹ ਗੁੱਜੀ ਚਾਲ ਜੇ ਨਹੀਂ ਸਮਝ ਸਕੋਗੇ, ਯਕੀਨਨ ਸਾਰੇ ਦੇ ਸਾਰੇ ਖਤਮ ਹੋ ਜਾਵਾਂਗੇ। ਪਰ ਉਹਨਾਂ ਦੇ ਨਾਲ ਇੱਕ ਵੰਗਾਰ ਜ਼ਰੂਰ ਜਾਂਦੇ ਜਾਂਦੇ ਮੈਂ ਦੇਣਾ ਚਾਹੁੰਦੀ ਹਾਂ। ਸ਼ਾਇਦ ਭੁੱਲ ਗਏ ਹੋ ਤੁਸੀਂ ਇਹ, ਰਾਮ ਪ੍ਰਸਾਦ ਬਿਸਮਿਲ ਜੀ ਨੇ ਕਿਹਾ ਸੀ। ਜੇ ਭੁੱਲ ਗਏ ਹੋ ਤਾਂ ਮੈਂ ਯਾਦ ਕਰਵਾ ਦਿਆਂ, ਕਿਉਂਕਿ ਅਸੀਂ ਸਰਾਭਾ ਉਦੋਂ ਵੀ ਬਾਹਰੋਂ ਆਇਆ ਸੀ, ਚੇਤੇ ਰੱਖਿਓ। ਤੇ ਸਾਡੇ ਜਿਹੜੇ ਸ਼ਹੀਦ ਸਨ ਉਹਨਾਂ ਨੇ ਜਾਨਾਂ ਵਾਰੀਆਂ ਸੀ ਇਸ ਤਬਾਹੀ ਦੇ ਮੰਜ਼ਰ ਵਾਸਤੇ ਨਹੀਂ। ਸੋਚ ਕੇ ਵੇਖਿਓ, ਮਾਂ ਗੁਜਰੀ ਨੂੰ ਜੇ ਪਤਾ ਹੁੰਦਾ ਕਿ ਅੱਗੋਂ ਆਉਣ ਵਾਲੀ ਪੌਦ ਨਸ਼ਈ ਹੋਏਗੀ, ਨਪੁੰਸਕ ਹੋਏਗੀ ਤੇ ਇਹਨਾਂ ਦੇ ਘਰਾਂ ਵਿੱਚ ਹੀਜੜੇ ਜੰਮਣਗੇ, ਤੁਹਾਨੂੰ ਲੱਗਦਾ ਹੈ ਮਾਂ ਗੁਜਰੀ ਕਹਿੰਦੀ ਅਣਖ ਦੇ ਨਾਲ ਸਿਰ ਵਾਰਾਂ? ਕਦੇ ਵੀ ਨਾ ਕਹਿੰਦੀ, ਤੇ ਨਾ ਸਰਬੰਸ ਵਾਰਨ ਲੱਗਿਆ ਇੱਕ ਵੀ ਵਾਰ ਇਹ ਕਿਹਾ ਹੁੰਦਾ ਸਾਡੇ ਗੁਰੂ ਸਾਹਿਬ ਨੇ ਕਿ ਮੇਰੇ ਹਜ਼ਾਰਾਂ ਪੁੱਤਰ ਹੋਰ ਨੇ। ਉਹਨਾਂ ਹਜ਼ਾਰਾਂ ਪੁੱਤਰਾਂ ਦੇ ਵਿੱਚ ਇਹ ਵੇਖਣਾ ਨਹੀਂ ਸੀ ਚਾਹਿਆ, ਉਹਨਾਂ ਨੇ ਇਹੀ ਦੇਖਣਾ ਚਾਹਿਆ ਸੀ ਕਿ ਮੇਰੇ ਪੁੱਤਰ ਸ਼ੇਰ ਹੋਣਗੇ, ਗੱਜਣ ਵਾਲੇ ਸ਼ੇਰ ਜਿਨ੍ਹਾਂ ਨੂੰ ਕੋਈ ਹਰਾ ਨਹੀਂ ਸਕੇਗਾ। ਇਹਨਾਂ ਨੂੰ ਹਮੇਸ਼ਾ ਅਜਿੱਤ ਰਹਿਣਾ ਪਏਗਾ, ਇਹ ਅਜੀਤ ਹੋਣਗੇ, ਇਹ ਜੁਝਾਰ ਹੋਣਗੇ। ਇਹੋ ਜਿਹੀ ਸੋਚ ਨਾਲ ਸਰਬੰਸ ਵਾਰਿਆ ਗਿਆ ਸੀ। ਪਰ ਉਸ ਸਰਬੰਸ ਤੋਂ ਬਾਅਦ ਵੀ ਇਹ ਗੱਲ ਉੱਥੇ ਮੁੱਕੀ ਨਹੀਂ ਸੀ। ਜਿਸ ਤਰੀਕੇ ਦੀ ਰਾਮ ਪ੍ਰਸਾਦ ਬਿਸਮਿਲ ਨੇ ਉਦੋਂ ਗੱਲ ਕੀਤੀ ਸੀ, ਵੰਗਾਰ ਪਾਈ ਸੀ, ਮੈਂ ਉਹੀ ਵੰਗਾਰ ਪਾ ਕੇ ਜਾਣਾ ਚਾਹੁੰਦੀ ਹਾਂ ਕਿ ਸ਼ਾਇਦ ਇਸ ਨਿੱਕੇ ਜਿਹੇ ਇਕੱਠ ਵਿੱਚੋਂ ਵੀ ਜੇ ਦੋ ਕਮੇਟੀਆਂ ਵੀ ਤਿਆਰ ਹੋ ਗਈਆਂ ਤਾਂ ਲੱਗੇਗਾ ਕਿ ਪੰਜਾਬ ਨੂੰ ਬਚਾਉਣ ਦਾ ਇਸ ਵੇਲੇ ਕੋਈ ਪੰਜ ਸਿਰ ਵੀ ਤਿਆਰ ਹੋਏ ਨੇ, ਬਹੁਤ ਵੱਡੀ ਗੱਲ ਹੋ ਜਾਣੀ ਹੈ। ਤੇ ਉਹਨਾਂ ਕਿਹਾ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ, ਕਰਤਾ ਨਹੀਂ ਕਿਉਂ ਦੂਸਰਾ ਕੁਛ ਬਾਤਚੀਤ, ਦੇਖਤਾ ਹੂੰ ਮੈਂ ਜਿਸੇ ਵੋ ਚੁੱਪ ਤੇਰੀ ਮਹਿਫਿਲ ਮੇ ਹੈ, ਐ ਸ਼ਹੀਦੋ ਮੁਲਕ ਮਿਲਤ ਮੈਂ ਤੇਰੇ ਉਪਰ ਨਿਸਾਰ, ਅਬ ਤੇਰੀ ਹਿੰਮਤ ਕਾ ਚਰਚਾ ਗੈਰ ਕੀ ਮਹਿਫਿਲ ਮੇ ਹੈ, ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਂ, ਅਬ ਹਮ ਅਭੀ ਯੇ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ, ਖਿੱਚ ਕਰ ਲਾਈ ਹੈ ਸਬਕੋ ਕਤਲ ਹੋਣੇ ਕੀ ਉਮੀਦ, ਖਿੱਚ ਕਰ ਲਾਈ ਹੈ ਸਬਕੋ ਕਤਲ ਹੋਣੇ ਕੀ ਉਮੀਦ, ਆਸ਼ਿਕੋ ਕਾ ਆਜ ਜਮਘਟ ਕੂਚਾਏ ਕਾਤਿਲ ਮੇ ਹੈ, ਯੂੰ ਖੜਾ ਮਕਤਲ ਮੇ ਕਾਤਿਲ ਕਹਿ ਰਹਾ ਹੈ ਬਾਰ ਬਾਰ, ਕਿਆ ਤਮੰਨਾ ਏ ਸ਼ਹਾਦਤ ਭੀ ਕਿਸੀ ਕੇ ਦਿਲ ਮੇ ਹੈ। ਇਹੀ ਸਵਾਲ ਏ ਮੈਨੂੰ ਤੁਹਾਡੇ ਨਾਲ ਕਿ ਸਾਡਾ ਨੌਜਵਾਨ ਅੱਜ ਸਿਰ ਨੀਵਾਂ ਕਿਉਂ ਕਰੀ ਬੈਠਾ?
ਉਹ ਨੌਜਵਾਨ ਜਿਹੜੇ ਪਹਿਲਾਂ ਸਿਰ ਤਾਣ ਕੇ ਖੜੇ ਹੋਇਆ ਕਰਦੇ ਸਨ ਅੱਜ ਮੋਬਾਈਲਾਂ ਦੇ ਵਿੱਚ ਸਿਰ ਨੀਵਾਂ ਕਰਕੇ ਗਰਕੇ ਪਏ ਨੇ ਤੇ ਸੋਚਦੇ ਨੇ ਕ੍ਰਾਂਤੀ ਅਸੀਂ ਸ਼ਾਇਦ ਵਟਸਐਪ ਤੇ ਹੀ ਲਿਆ ਦੇਵਾਂਗੇ ਅਫਸੋਸ ਇਹ ਮਰ ਜਾਣ ਦੀ ਤਿਆਰੀ ਜੇ ਲਾਹਨਤ ਹੈ ਸਾਡੀ ਅਜਿਹੀ ਕੌਮ ਦੇ ਜਿਹੜੀ ਕਿਸੇ ਵੰਗਾਰ ਦੇ ਸਾਹਮਣੇ ਵੀ ਆਪਣੇ ਵਟਸਐਪਾਂ ਤੇ ਆਪਣੇ ਮੋਬਾਈਲਾਂ ਤੇ ਗੁੰਮੀ ਪਈ ਹੈ ਪਰ ਇਹਨਾਂ ਨੂੰ ਇਹ ਚੇਤੇ ਨਹੀਂ ਕਿ ਉਹੀ 80,000 ਦੇ ਇਕੱਠ ਵਿੱਚੋਂ ਨੇ ਜਿਨ੍ਹਾਂ ਵਿੱਚੋਂ 5 ਹੀ ਯਾਦ ਰੱਖੇ ਗਏ ਨੇ ਬਾਕੀ ਤਾਂ ਮੁਰਦਾ ਹੀ ਨੇ ਦੁਬਾਰਾ ਵੀ ਕਿਸੇ ਨੇ ਯਾਦ ਨਹੀਂ ਰੱਖਣਾ ਤੇ ਫਰਕ ਵੀ ਨਹੀਂ ਕਿਸੇ ਨੂੰ ਪੈਣਾ ਇਹ ਜ਼ਿੰਦਾ ਵੀ ਨੇ ਜਾਂ ਨਹੀਂ ਸੋ ਉਹੀ ਜਾਗਿਓ ਜਿਨ੍ਹਾਂ ਨੂੰ ਉਮੀਦ ਹੈ ਕਿ ਅਸੀਂ ਆਪਣੇ ਕੋਈ ਕੰਮ ਤਾਂ ਅੱਗੋਂ ਕਰ ਸਕਾਂਗੇ ਖੜੇ ਹੋਵਾਂਗੇ ਤਬਦੀਲੀ ਲਿਆਵਾਂਗੇ ਕਿ ਜਦੋਂ ਵੀ ਇਤਿਹਾਸ ਜ਼ਿਕਰ ਕਰੇਗਾ ਅਸੀਂ ਮਰ ਜਾਣ ਵਾਲਿਆਂ 'ਚ ਨਹੀਂ ਜਗਾਉਣ ਵਾਲਿਆਂ ਦੇ ਵਿੱਚ ਗਿਣੇ ਜਾਵਾਂਗੇ ਇਹੀ ਬਹੁਤ ਵੱਡੀ ਗੱਲ ਹੁੰਦੀ ਜੇ ਪਰ ਮੈਂ ਜਾਣ ਤੋਂ ਪਹਿਲਾਂ ਅੱਜ ਹੱਥ ਖੜੇ ਕਰਵਾ ਕੇ ਜਾਣਾ ਚਾਹੁੰਦੀ ਹਾਂ ਕੋਈ ਹੈ ਇੱਥੇ ਵੀਰ ਕੋਈ ਇਸ ਪੰਡਾਲ ਵਿੱਚ ਜਿਹਦੇ ਦਿਲ ਵਿੱਚ ਮਾੜੀ ਮੋਟੀ ਅਣਖ ਹੋਵੇ ਜਿਹਨੂੰ ਪੀੜ ਹੋਵੇ ਪੰਜਾਬ ਦੀ ਜਿਹਨੂੰ ਪਤਾ ਹੋਵੇ ਕਿ ਇੱਥੇ ਸਰਬੰਸ ਵਾਰਨ ਵਾਲਾ ਵੀ ਆਇਆ ਸੀ ਇੱਥੇ ਭਗਤ ਸਿੰਘ ਵਰਗੇ ਵੀ ਸੀ ਸਰਾਭੇ ਵਰਗੇ ਵੀ ਸੀ ਰਾਜਗੁਰੂ ਵੀ ਸਨ ਸਭ ਆਏ ਸਨ ਅਤੇ ਸਾਡੇ ਅੱਜ ਦੇ ਲਈ ਆਏ ਸਨ ਜੇ ਹੈ ਕੋਈ ਤਾਂ ਚੇਤੇ ਰੱਖਿਓ ਬਜ਼ੁਰਗ ਵੀ ਸਾਡੇ ਇਤਿਹਾਸ ਵਿੱਚ ਇਹੋ ਦੱਸਿਆ ਗਿਆ ਹੈ ਕਿ ਜੇ ਅਖੀਰੀ ਸਮਾਂ ਵੀ ਆ ਜਾਏ ਨਾ ਪੈਰ ਕਬਰਾਂ ਵਿੱਚ ਵੀ ਹੋਣ ਫਿਰ ਵੀ ਅਸੀਂ ਰਣ ਵਿੱਚ ਜੂਝ ਕੇ ਮਰਨਾ ਹੈ ਅੱਤ ਹੀ ਰਣ ਮੇ ਮੈਂ ਜੂਝ ਮਰੋ ਕੋਈ ਹੈ ਇਸ ਧਰਤੀ ਤੇ ਇਸ ਥਾਂ ਤੇ ਇਸ ਇਕੱਠ ਤੇ ਕੋਈ ਇੱਕ ਵੀਰ ਜਿਹਨੂੰ ਵੰਗਾਰ ਸੁਣਨ ਤੇ ਲਹੂ ਖੋਲਦਾ ਹੋਏ ਕਿ ਸਾਡਾ ਪੰਜਾਬ ਨਿਵਾਣ ਵੱਲ ਜਾ ਰਿਹਾ ਹੈ ਅਸੀਂ ਇੱਕ ਕਮੇਟੀ ਤਿਆਰ ਕਰਨੀ ਹੈ ਇੱਥੇ ਜਿਹੜੇ ਨਸ਼ਿਆਂ ਦੇ ਖਿਲਾਫ ਇੱਕ ਜ਼ੋਰਦਾਰ ਆਵਾਜ਼ ਖੜੀ ਕਰੇਗੀ ਸਾਡੀਆਂ ਉਹ ਮਾਵਾਂ ਉਹ ਭੈਣਾਂ ਜਿਹੜੀਆਂ ਆਪਣੇ ਅੱਧੇ ਹਿੱਸੇ ਨੂੰ ਖਤਮ ਕਰ ਚੁੱਕੀਆਂ ਨੇ ਖੜੀਆਂ ਹੋਣਗੀਆਂ ਛੱਡਣਗੀਆਂ ਸਾਰੇ ਉਸ ਪੁਰਾਣੇ ਵਹਿਮ ਜਿਨ੍ਹਾਂ ਵਿੱਚੋਂ ਕੱਢਿਆ ਗਿਆ ਸੀ ਸਾਨੂੰ ਗੁਰੂ ਸਾਹਿਬ ਨੇ ਉਦੋਂ ਵੀ ਕਿਹਾ ਸੀ ਮੱਸਿਆ ਸੰਗਰਾਂਦ ਛੱਡ ਦਿਓ ਇਹਦੇ ਵਿੱਚ ਨਾ ਅੜੋ ਵਰਤ ਛੱਡ ਦਿਓ ਇਹ ਸਭ ਪਾਖੰਡ ਨੇ ਜੇ ਤੁਹਾਨੂੰ ਲੱਗਦਾ ਹੈ ਮੈਂ ਕਹਿ ਰਹੀ ਹਾਂ ਕਦੇ ਨਾ ਕਦੇ ਜ਼ਰੂਰ ਪੜ੍ਹ ਲਿਆ ਕਰੋ ਗੁਰਬਾਣੀ ਦੇ ਵਿੱਚ ਕਮਾਲ ਲਿਖਿਆ ਜੇ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋਏ ਕੇ ਔਤਰੇ ਜਾਏ ਆਪਣੇ ਖਾਏ ਸੱਪ ਦੀ ਜੂਣ ਵਿੱਚ ਉਹ ਵੀ ਜਿਹੜੇ ਆਪਣੇ ਬੱਚੇ ਖਾਣ ਵਾਲੀ ਇਸ ਹਾਲਤ ਵਿੱਚ ਪਹੁੰਚ ਜਾਂਦੇ ਹੋ ਕਿਉਂਕਿ ਤੁਸੀਂ ਉਹ ਚੀਜ਼ ਕਰਦੇ ਹੋ ਕਿ ਜਾਦੂ ਟੂਣੇ ਤਵੀਤਾਂ ਦੇ ਵਿੱਚ ਰੁਲ ਕੇ ਆਪਣੇ ਆਪ ਨੂੰ ਖਤਮ ਨਾ ਕਰੋ ਪਰ ਅਸੀਂ ਗੁਰਬਾਣੀ ਨੂੰ ਵੀ ਇੱਕ ਅਜਿਹੀ ਕਿਤਾਬ ਮੰਨ ਰਿਹਾ ਜਿਹਦੇ ਉੱਤੇ ਲੰਗਰ ਲਾ ਕੇ ਸੋਚ ਲੈਂਦੇ ਹਾਂ ਬਹੁਤ ਕੁਛ ਸਾਨੂੰ ਹਾਸਲ ਹੋ ਗਿਆ ਨਤੀਜਾ ਸਾਡੇ ਸਾਹਮਣੇ ਹੈ ਪਰ ਅੱਜ ਮੈਂ ਹੱਥ ਖੜੇ ਕਰਾ ਕੇ ਜਾਣੇ ਜੇ ਜਿਨ੍ਹਾਂ ਵੀਰਾਂ ਭੈਣਾਂ ਨੂੰ ਪੰਜਾਬ ਲਈ ਦਰਦ ਹੈ ਜਿਹੜੇ ਚਾਹੁੰਦੇ ਨੇ ਕਿ ਅਸੀਂ ਆਪਣੇ ਮੱਥੇ ਤੋਂ ਇਹ ਇਲਜ਼ਾਮ ਲਾਉਣਾ ਜੇ ਕਿ ਅਸੀਂ ਨਸ਼ਈ ਹਾਂ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਨੋਚਣ ਵਾਲੇ ਹਾਂ ਅਤੇ ਅਸੀਂ ਘੱਟੋ ਘੱਟ ਆਪਣੇ ਤੱਕ ਸੀਮਤ ਹੋਏ ਤੋਂ ਬਾਹਰ ਨਿਕਲ ਕੇ ਪੰਜਾਬ ਲਈ ਵੀ ਕੁਝ ਕਰਨ ਲਈ ਜ਼ਰੂਰ ਉੱਠਣਾ ਚਾਹੁੰਦੇ ਹਾਂ ਹੱਥ ਖੜਾ ਜ਼ਰੂਰ ਕਰਿਓ ਜਾਂ ਦਮੇ ਤਾਂ ਖੜੇ ਹੋ ਕੇ ਵਿਖਾ ਦਿਓ ਦੇਖੀਏ ਕਿੰਨੇ ਕੁ ਨੇ ਇੱਥੇ ਦਮ ਵਾਲੇ ਜਿਹੜੇ ਆਵਾਜ਼ ਚੁੱਕਣ ਜੋਗੇ ਨੇ ਕਿ ਅਸੀਂ ਇਸ ਪਿੰਡ ਵਿੱਚ ਨਸ਼ਾ ਨਹੀਂ ਕਰਨ ਦੇਣਾ ਇੱਕ ਵੀ ਧੀ ਭੈਣ ਤੇ ਜੇ ਹੱਥ ਪਿਆ ਹੋਏਗਾ ਪੂਰਾ ਪਿੰਡ ਨਿਕਲ ਕੇ ਸਾਹਮਣੇ ਆਏਗਾ ਕੋਈ ਹੈ ਜੋ ਹੱਥ ਖੜਾ ਕਰਨ ਦਾ ਦਮ ਰੱਖਦਾ ਖੜੇ ਹੋ ਵੀਰ ਸ਼ਾਬਾਸ਼ ਦੋ ਹੱਥਾਂ ਵਾਲੇ ਦਾ ਤਾਂ ਕਮਾਲ ਹੀ ਹੈ ਜਿਉਂਦੇ ਵਸਦੇ ਰਹੋ ਸ਼ੁਕਰ ਹੈ 5 ਹੀ ਖੜੇ ਹੋਣ ਬਹੁਤ ਵੱਡੀ ਗੱਲ ਹੈ ਖੜੇ ਹੋ ਜਾਓ ਜ਼ਰਾ ਵਾਹ ਕਮਾਲ ਬਾ ਕਮਾਲ ਸਲਾਮ ਤੁਹਾਨੂੰ ਸਾਰਿਆਂ ਨੂੰ ਪਰ ਮੈਨੂੰ ਲੱਗਿਆ ਧੀਆਂ ਭੈਣਾਂ ਕਮਾਲ ਹੀ ਹੋ ਗਿਆ ਸ਼ਾਬਾਸ਼ ਹੈ ਜੇ ਏਡੀ ਵੱਡੀ ਗਿਣਤੀ 'ਚ ਇਸ ਪੰਡਾਲ ਵਿੱਚ ਮੇਰੀਆਂ ਮਾਵਾਂ ਭੈਣਾਂ ਧੀਆਂ ਖੜੀਆਂ ਹੋ ਸਕਦੀਆਂ ਨੇ ਤਬਦੀਲੀ ਆਈ ਪਈ ਜੇ ਤੁਹਾਡੇ ਇੱਕ ਨਹੀਂ ਮਾਈ ਭਾਗਵਾਂ ਦਾ ਹੜ ਹੈ ਅਤੇ ਬੰਦਾ ਸਿੰਘ ਬਹਾਦਰ ਇੱਕ ਨਹੀਂ ਕਮਾਲ ਹੈ ਜਿਉਂਦੇ ਵਸਦੇ ਰਹੋ ਧੰਨਵਾਦ